ਸੁਖਮੰਦਰ ਸਿੰਘ ਸਿਤਾਰਾ ਦਾ ਨੋਵਲ ਹੈ ਤਿੰਨ ਦਿਨਾਂ ਦੀ ਫਾਂਸੀ। ਆਰਡਰ ਆਰਡਰ, ਜੱਜ ਸਾਹਿਬ ਦੀ ਆਵਾਜ਼ ਜਿਵੇਂ ਅੱਗ 'ਤੇ ਪਏ ਪਾਣੀ ਦਾ ਕੰਮ ਕਰ ਗਈ। ਲੋਕਾਂ ਦੀ ਆਵਾਜ਼ ਦੀ ਲਹਿਰ ਇੱਕਦਮ ਸ਼ਾਂਤ ਹੋ ਗਈ, ਪਰ ਉੱਥੇ ਮੌਜੂਦ ਹਰ ਬੰਦੇ ਦਾ ਦਿਲ ਇਉਂ ਧੜਕ ਰਿਹਾ ਸੀ ਜਿਵੇਂ ਫਾਂਸੀ ਦੋਸ਼ੀ ਨੂੰ ਨਹੀਂ ਉਹਨਾਂ ਨੂੰ ਹੋਣੀ ਹੋਵੇ। ਆਖਿਰ ਲੋਕਾਂ ਦੀਆਂ ਨਜ਼ਰਾਂ 50-55 ਸਾਲ ਦੇ ਇੱਕ ਤੰਦਰੁਸਤ ਵਿਅਕਤੀ 'ਤੇ ਅਟਕ ਗਈਆਂ ਜੋ ਹੌਲੀ ਹੌਲੀ ਕਟਹਿਰੇ ਵੱਲ ਵੱਧ ਰਿਹਾ ਸੀ। ਉਹਦੇ ਚਿਹਰੇ ਨੂੰ ਸਿਰ ਦੇ ਵਧੇ ਅਤੇ ਉਲਝੇ ਹੋਏ ਵਾਲਾਂ ਨੇ ਢੱਕ ਰੱਖਿਆ ਸੀ। ਕਦੇ ਕਦੇ ਚਿਹਰੇ 'ਤੇ ਲਟਕ ਰਹੇ ਵਾਲਾਂ ਦੀਆਂ ਵਿਰਲਾਂ ਵਿੱਚੋਂ ਦੀ ਅਸਮਾਨੀ ਬਿਜਲੀ ਵਾਂਗ ਚਮਕਦੀਆਂ ਅੱਖਾਂ ਵੇਖਣ ਵਾਲੇ ਨੂੰ ਕੰਬਣੀ ਜਿਹੀ ਛੇੜ ਦਿੰਦੀਆਂ। ਉਹਦੇ ਤੁਰਨ ਨਾਲ ਪੈਰੀ ਪਾਈਆਂ ਬੇੜੀਆਂ ਦੀ ਭੱਦੀ ਅਤੇ ਅਪਸ਼ਗਨੀ ਜਿਹੀ ਆਵਾਜ਼ ਜਿਵੇਂ ਕਿਸੇ ਸ਼ੈਤਾਨ ਵਾਂਗ ਚੀਕਦੀ। ਸਵੇਰ ਦੇ ਸ਼ਾਂਤ ਮਾਹੌਲ 'ਚ ਅਖ਼ਬਾਰ ਨੇ ਲੋਕਾਂ ਦੇ ਬੂਹਿਆਂ 'ਤੇ ਦਸਤਕ ਕੀ ਦਿੱਤੀ, ਮਾਨੋ ਭੁਚਾਲ ਜਿਹਾ ਲਿਆ ਦਿੱਤਾ। ਜੋ ਵੀ ਅਖ਼ਬਾਰ 'ਤੇ ਸਰਸਰੀ ਨਜ਼ਰ ਮਾਰਦਾ ਮਾਨੋ ਧੁਰ ਅੰਦਰ ਤੱਕ ਹਿੱਲ ਜਾਂਦਾ। ਮੁਰਦਿਆਂ ਦਾ ਸੌਦਾਗਰ ਲਟਕੇਗਾ, 3 ਦਿਨ ਦੀ ਫਾਂਸੀ 'ਤੇ ਅਦਾਲਤ ਵੱਲੋਂ ਫੈਸਲਾ ਅੱਜ। ਹਸਪਤਾਲ ਦੀਆਂ ਮਨੁੱਖੀ ਅੰਗਾਂ ਦੀਆਂ ਬੈਂਕਾਂ 'ਤੇ ਕਬਰਾਂ 'ਚੋਂ ਮੁਰਦੇ ਚੋਰੀ ਕਰਨ ਵਾਲਾ ਕਿੰਗ ਆਫ ਬ੍ਰੇਨ ਨੂੰ ਅਦਾਲਤ ਵੱਲੋਂ 3 ਦਿਨ ਤੱਕ ਫਾਂਸੀ 'ਤੇ ਲਟਕਾਏ ਜਾਣ ਦੀ ਸਜ਼ਾ 'ਤੇ ਅੱਜ ਹੋਏਗਾ ਫੈਸਲਾ। ਬ੍ਰੇਨ ਸਪੈਸ਼ਲਿਸਟ ਬਣਦਾ ਬਣਦਾ ਬਣ ਗਿਆ ਮੁਰਦਾ ਚੋਰ। ਆਪਣੇ ਹੀ ਡਾਕਟਰ ਸਾਥੀਆਂ ਨੂੰ ਬੰਦੀ ਬਣਾ ਕੇ ਰੱਖਣ ਵਾਲਾ ਝੁੱਲੇਗਾ 3 ਦਿਨਾਂ ਲਈ ਫਾਂਸੀ ਦੇ ਫੰਦੇ 'ਤੇ। ਕਾਨੂੰਨ ਅਤੇ ਦੁਨੀਆ ਦੇ ਇਤਿਹਾਸ 'ਚ ਅਦਾਲਤ ਅੱਜ ਸੁਣਾਏਗੀ ਅਨੋਖਾ ਫੈਸਲਾ, 3 ਦਿਨਾਂ ਦੀ ਫਾਂਸੀ। ਜਿਵੇਂ ਪੜ੍ਹਨ ਸੁਣਨ ਵਾਲੇ ਦੇ ਦਿਮਾਗ ਨੂੰ ਚੱਕਰ ਜੇ ਆਉਣ ਲੱਗਦੇ। ਘਰਾਂ ਦੇ ਬੂਹਿਆਂ ਤੋਂ ਬਾਹਰ ਨਿਕਲ ਲਈ ਖ਼ਬਰ ਗਲੀਆਂ ਮੁਹੱਲਿਆਂ 'ਚੋਂ ਦੀ ਹੁੰਦੀ ਹੋਈ ਆਕਾਸ਼ 'ਚ ਗੂੰਜ ਉੱਠੀ। ਇਸ ਅਨੋਖੇ ਫੈਸਲੇ ਨੂੰ ਸੁਣਨ ਅਤੇ ਦੇਖਣ ਲਈ ਲੋਕਾਂ ਨੇ ਆਪਣੇ ਕੀਮਤੀ ਸਮੇਂ ਅਤੇ ਕੰਮ ਨੂੰ ਦਰਕਿਨਾਰ ਕਰਦੇ ਹੋਏ ਅਦਾਲਤ ਵੱਲ ਵਹੀਰਾਂ ਘੱਤ ਲਈਆਂ। ਲੋਕਾਂ ਦਾ ਇੰਨਾ ਭਾਰੀ ਇਕੱਠ ਅਦਾਲਤ ਅੱਗੇ ਇਕੱਠਾ ਹੋ ਗਿਆ ਸੀ ਕਿ ਤਿਲ ਸੁੱਟਿਆ ਵੀ ਹੇਠਾਂ ਨਹੀਂ ਸੀ ਡਿੱਗਦਾ। ਪ੍ਰਸ਼ਾਸਨ ਨੇ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਰੱਖੇ ਸਨ। ਪਬਲਿਕ ਦੀ ਸੁਵਿਧਾ ਅਤੇ ਅਦਾਲਤ ਅੰਦਰ ਚੱਲਦੀ ਕਾਰਵਾਈ ਨੂੰ ਵੇਖਣ ਲਈ ਅਦਾਲਤ ਦੇ ਬਾਹਰ ਵੱਡੀ ਸਕਰੀਨ 'ਤੇ ਟੀਵੀ ਲਗਵਾ ਦਿੱਤੇ ਸਨ। ਲੋਕ ਅਦਾਲਤ ਦੀ ਕਾਰਵਾਈ ਅਤੇ ਮੁਜ਼ਰਿਮ ਨੂੰ ਦੇਖਣ ਲਈ ਇੰਨੇ ਉਤਾਵਲੇ ਸਨ ਕਿ ਭੁੱਖ ਪਿਆਸ ਦੀ ਵੀ ਪਰਵਾਹ ਨਾ ਕੀਤੀ। ਆਖਰ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਮਾਨਯੋਗ ਜੱਜ ਸਾਹਿਬ ਨੇ ਅਦਾਲਤ ਪਹੁੰਚ ਕੇ ਨਿਆਂ ਦੀ ਕੁਰਸੀ ਸੰਭਾਲ ਲਈ ਅਤੇ ਇੱਕ ਵਾਰ ਇੱਕ ਨਜ਼ਰ ਸਾਹਮਣੇ ਪਈ ਫਾਈਲ 'ਤੇ ਮਾਰਨ ਤੋਂ ਬਾਅਦ ਕਿਹਾ, ਮੁਜਰਿਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏ। ਜੱਜ ਸਾਹਿਬ ਦੇ ਇਸ ਹੁਕਮ ਦੇ ਨਾਲ ਹੀ ਲੋਕਾਂ ਦੀਆਂ ਧੌਣਾਂ ਦੀਆਂ ਨਾੜਾਂ ਤਣ ਗਈਆਂ ਸਨ। ਉਹ ਇੱਕ ਦੂਜੇ ਨਾਲ ਉੱਚੇ ਉੱਠ ਉੱਠ ਕੇ ਮੁਰਦਾ ਚੋਰ ਦੀ ਸ਼ਕਲ ਦੇਖਣ ਲਈ ਉਤਾਵਲੇ ਸਨ। ਇਸੇ ਨਾਲ ਹੀ ਸ਼ਾਂਤ ਮਾਹੌਲ ਲੋਕਾਂ ਦੇ ਰੌਲੇ ਰੱਪੇ 'ਚ ਅਸ਼ਾਂਤ ਹੋ ਗਿਆ। ਆਰਡਰ ਆਰਡਰ, ਜੱਜ ਸਾਹਿਬ ਦੀ ਆਵਾਜ਼ ਜਿਵੇਂ ਅੱਗ 'ਤੇ ਪਏ ਪਾਣੀ ਦਾ ਕੰਮ ਕਰ ਗਈ। ਲੋਕਾਂ ਦੀ ਆਵਾਜ਼ ਦੀ ਲਹਿਰ ਇੱਕਦਮ ਸ਼ਾਂਤ ਹੋ ਗਈ, ਪਰ ਉੱਥੇ ਮੌਜੂਦ ਹਰ ਬੰਦੇ ਦਾ ਦਿਲ ਇਉਂ ਧੜਕ ਰਿਹਾ ਸੀ ਜਿਵੇਂ ਫਾਂਸੀ ਦੋਸ਼ੀ ਨੂੰ ਨਹੀਂ ਉਹਨਾਂ ਨੂੰ ਹੋਣੀ ਹੋਵੇ। ਆਖਰ ਲੋਕਾਂ ਦੀਆਂ ਨਜ਼ਰਾਂ 50-ਕੁ ਸਾਲਾਂ ਦੇ ਤੰਦਰੁਸਤ ਵਿਅਕਤੀ 'ਤੇ ਅਟਕ ਗਈਆਂ ਜੋ ਹੌਲੀ ਹੌਲੀ ਕਟਹਿਰੇ 'ਚ ਵੱਧ ਰਿਹਾ ਸੀ। ਉਸਦੇ ਚਿਹਰੇ ਨੂੰ ਸਿਰ ਦੇ ਵਧੇ ਅਤੇ ਉਲਝੇ ਹੋਏ ਵਾਲਾਂ ਨੇ ਢੱਕ ਰੱਖਿਆ ਸੀ। ਕਦੇ ਕਦੇ ਚਿਹਰੇ 'ਤੇ ਲਟਕ ਰਹੇ ਵਾਲਾਂ ਦੀਆਂ ਵਿਰਲਾਂ ਵਿੱਚੋਂ ਦੀ ਅਸਮਾਨੀ ਬਿਜਲੀ ਵਾਂਗ ਚਮਕਦੀਆਂ ਅੱਖਾਂ ਦੇਖਣ ਵਾਲੇ ਨੂੰ ਕੰਬਣੀ ਜਿਹੀ ਛੇੜ ਦਿੰਦੀਆਂ। ਉਸਦੇ ਤੁਰਨ ਨਾਲ ਪੈਰੀ ਪਾਈਆਂ ਬੇੜੀਆਂ ਦੀ ਭੱਦੀ ਅਤੇ ਅਪਸ਼ਗਨੀ ਜਿਹੀ ਆਵਾਜ਼ ਜਿਵੇਂ ਕਿਸੇ ਸ਼ੈਤਾਨ ਵਾਂਗ ਚੀਕਦੀ। ਇਹ ਆਵਾਜ਼ ਮੁਜ਼ਰਿਮ ਦੇ ਕਟਹਿਰੇ 'ਚ ਖੜਨ ਨਾਲ ਸ਼ਾਂਤ ਹੋ ਗਈ। ਆਖਰ ਉਹ ਬਲੀ ਦੇ ਬੱਕਰੇ ਵਾਂਗ ਅਦਾਲਤ ਵਿੱਚ ਇੰਜ ਸਿਰ ਝੁਕਾ ਕੇ ਖੜ ਗਿਆ ਜਿਵੇਂ ਕਿਸੇ ਨੇ ਕੋਈ ਜਾਦੂ ਕਰ ਦਿੱਤਾ ਹੋਵੇ। ਫਿਰ ਸ਼ਾਂਤ ਮਾਹੌਲ ਨੂੰ ਭੰਗ ਕਰਦੀ ਮਾਨਯੋਗ ਜੱਜ ਸਾਹਿਬ ਦੀ ਆਵਾਜ਼ ਗੂੰਜੀ, ਮਿਸਟਰ ਅਜੇ ਮਹਿਰਾ ਉਰਫ ਬ੍ਰੇਨ ਮੇਕਰ ਉਰਫ ਗੋਡ ਆਫ ਅਰਥ ਦੇ ਕੇਸ ਦੀ ਚੱਲੀ ਲੰਬੀ ਕਾਰਵਾਈ, ਕੀਤੀ ਘੋਖ ਪੜਤਾਲ, ਵਕੀਲਾਂ ਦੀਆਂ ਦਲੀਲਾਂ, ਗਵਾਹਾਂ ਦੇ ਬਿਆਨਾਤ, ਪੁਲਿਸ ਵੱਲੋਂ ਪੇਸ਼ ਅਹਿਮ ਸਬੂਤ ਅਤੇ ਦਸਤਾਵੇਜ਼ਾਂ ਅਤੇ ਮੁਜਰਮ ਦੇ ਇਕਬਾਲੀਆ ਬਿਆਨ ਨੂੰ ਠੋਸ ਆਧਾਰ ਮੰਨਦੇ ਹੋਏ ਇਹ ਅਦਾਲਤ ਇਸ ਨਤੀਜੇ 'ਤੇ ਪਹੁੰਚੀ ਹੈ ਕਿ ਮੁਜਰਮ ਨੇ ਜੋ ਕੀਤਾ ਪੂਰੇ ਹੋਸ਼ੋਵਾਸ 'ਚ ਕੀਤਾ। ਇਹ ਇੱਕ ਪੇਸ਼ੇਵਰ ਅਪਰਾਧੀ ਹੈ
ਜਿਸ ਨੇ ਆਪਣੇ ਡਾਕਟਰ ਸਾਥੀਆਂ ਨੂੰ ਆਪਣੇ ਵੱਲੋਂ ਤਿਆਰ ਕੀਤੀ ਬ੍ਰੇਨ ਹਾਈਜੈਕ ਜਿਹੀ ਕਾਢ ਰਾਹੀਂ ਬੰਦੀ ਬਣਾ ਕੇ ਉਹਨਾਂ ਦੇ ਦਿਮਾਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਕੇ ਉਹਨਾਂ ਕੋਲੋਂ ਮਨੁੱਖੀ ਅੰਗਾਂ ਦੀਆਂ ਬੈਂਕਾਂ 'ਚ ਮਨੁੱਖੀ ਅੰਗ ਚੋਰੀ ਕਰਵਾਏ, ਕਬਰਾਂ 'ਤੇ ਹਸਪਤਾਲਾਂ 'ਚੋਂ ਮੁਰਦੇ ਚੋਰੀ ਕਰਵਾ ਕੇ ਅੱਗੇ ਲੋੜਵੰਦਾਂ 'ਤੇ ਰਿਸਰਚ ਸੈਂਟਰਾਂ ਨੂੰ ਆਪਣੇ ਨਿੱਜੀ ਫਾਇਦੇ ਲਈ ਮਹਿੰਗੇ ਭਾਅ 'ਤੇ ਵੇਚ ਕੇ ਘਿਨਾਉਣਾ ਅਣਮਨੁੱਖੀ ਕੰਮ ਕੀਤਾ। ਇਸ ਕੇਸ ਦੀ ਪੜਤਾਲ ਦੌਰਾਨ ਇੱਕ ਹੋਰ ਅਹਿਮ ਗੱਲ ਸਾਹਮਣੇ ਆਈ ਹੈ। ਅਮਰ ਆਨੰਦ ਹਸਪਤਾਲ ਕਾਲਜ ਦੇ ਰਿਸਰਚ ਸੈਂਟਰ ਦੇ ਮਾਲਕ ਤੇ ਡਾਇਰੈਕਟਰ ਡਾਕਟਰ ਚੇਤਨ ਆਨੰਦ ਆਪਣੀ ਸਪੈਸ਼ਲ ਟੀਮ ਨਾਲ ਮੁਰਦੇ ਨੂੰ ਮੁੜ ਜਿੰਦਾ ਕਰਨ ਜਏ ਅਨੋਖੇ ਤੇ ਅਹਿਮ ਵਿਸ਼ੇ ਤੇ ਐਕਸਪੈਰੀਮੈਂਟ ਕਰ ਰਹੇ ਸਨ। ਉਹਨਾਂ ਨੇ ਇਹ ਤਕਨੀਕ ਲਗਭਗ ਪੂਰੀ ਕਰ ਲਈ ਸੀ। ਇਸੇ ਦੌਰਾਨ ਹੀ ਮੁਜਰਮ ਨੇ ਡਾਕਟਰ ਚੇਤਨ ਆਨੰਦ ਤੇ ਉਹਦੀ ਟੀਮ ਨੂੰ ਬੰਦੀ ਬਣਾਇਆ। ਅਦਾਲਤ ਨੂੰ ਸ਼ੱਕ ਹੈ ਕਿ ਕਿਤੇ ਇਨਸਾਨ ਦੇ ਭਲੇ ਲਈ ਕੱਢੀ ਇਨਸਾਨ ਨੂੰ ਮੁੜ ਜਿੰਦਾ ਕਰਨ ਦੀ ਤਕਨੀਕ ਇਸ ਅਪਰਾਧੀ ਨੇ ਨਾ ਹਾਸਲ ਕਰ ਲਈ ਹੋਵੇ। ਅਜਿਹੇ ਫਾਰਮੂਲੇ ਨੂੰ ਹਾਸਲ ਕਰ ਇਹ ਅਪਰਾਧੀ ਕਈ ਹੋਰ ਖਤਰਨਾਕ ਅਪਰਾਧਾਂ ਨੂੰ ਅੰਜਾਮ ਦੇ ਸਕਦਾ ਹੈ ਅਤੇ ਇਸ 'ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਮਨੁੱਖੀ ਅੰਗਾਂ 'ਤੇ ਮੁਰਦਿਆਂ ਦੀ ਚੋਰੀ ਕਰਨ, ਅਮਨ ਕਾਨੂੰਨ ਦੀ ਸ਼ਾਂਤੀ ਭੰਗ ਕਰਨ, ਆਪਣੇ ਸਾਥੀਆਂ ਨੂੰ ਬੰਦੀ ਬਣਾਉਣ, ਉਹਨਾਂ ਦੇ ਬ੍ਰੇਨ ਹਾਈਜੈਕ ਕਰਕੇ ਘਿਨਾਉਣੇ ਕੰਮ ਕਰਵਾਉਣ ਆਦਿ ਲੱਗੇ ਦੋਸ਼ ਪੂਰਨ ਤੌਰ 'ਤੇ ਸਿੱਧ ਹੋ ਚੁੱਕੇ ਹਨ। ਮੁਜਰਮ ਕਿਸੇ ਵੀ ਤਰ੍ਹਾਂ ਦੀ ਨਰਮੀ ਦੇ ਕਾਬਿਲ ਨਹੀਂ। ਸਾਰੇ ਕੇਸ 'ਤੇ ਨਜ਼ਰ ਰੱਖਦੇ ਹੋਏ ਇਹ ਅਦਾਲਤ ਮੁਜਰਮ ਨੂੰ ਖਤਰਨਾਕ ਅਤੇ ਸ਼ਾਤਿਰ ਅਪਰਾਧੀ ਮੰਨਦੀ ਹੋਈ ਦੋਸ਼ੀ ਨੂੰ 3 ਦਿਨ ਲਈ ਫਾਂਸੀ 'ਤੇ ਲਟਕਾਉਣ ਦਾ ਹੁਕਮ ਦਿੰਦੀ ਹੈ ਤਾਂ ਜੋ ਮੁਜਰਮ ਦਾ ਕੋਈ ਸਾਥੀ 24 ਘੰਟਿਆਂ ਬਾਅਦ ਇਹਨੂੰ ਜ਼ਿੰਦਾ ਨਾ ਕਰ ਸਕੇ। ਕਿਉਂਕਿ ਪੜਤਾਲ ਦੌਰਾਨ ਪਤਾ ਲੱਗਾ ਕਿ ਮਰਨ ਤੋਂ 24 ਘੰਟਿਆਂ ਦੇ ਅੰਦਰ ਅੰਦਰ ਇਨਸਾਨ ਨੂੰ ਮੁੜ ਜ਼ਿੰਦਾ ਕਰਨ ਦਾ ਸਮਾਂ ਰੱਖਿਆ ਗਿਆ। ਮਾਨਯੋਗ ਜੱਜ ਸਹਿਬਾਲ ਸਾਹਿਬ ਕਲਮ ਤੋੜ ਕੇ ਜਾ ਚੁੱਕਾ ਸੀ। ਲੋਕਾਂ ਦਾ ਰੌਲਾ ਉੱਚਾ ਹੋ ਉੱਠਿਆ ਸੀ। ਪੁਲਿਸ ਬੜੀ ਤੇਜ਼ੀ ਨਾਲ ਮੁਜਰਮ ਨੂੰ ਲੋਕਾਂ ਦੇ ਰੋਹ ਤੋਂ ਬਚਾਉਂਦੀ ਹੋਈ ਜੇਲ੍ਹ ਵੱਲ ਰਵਾਨਾ ਹੋ ਗਈ ਸੀ। ਅਦਾਲਤ ਵਿੱਚ ਅੱਖਾਂ 'ਤੇ ਪੱਟੀ ਬੰਨ੍ਹੀ ਖੜ੍ਹੀ ਇਨਸਾਫ ਦੀ ਦੇਵੀ ਦਾ ਤਰਾਜੂ ਬਰਾਬਰ ਸ਼ਾਂਤ ਅਤੇ ਸਥਿਰ ਖੜ੍ਹਾ ਪੂਰਨ ਇਨਸਾਫ ਦਾ ਸੰਕੇਤ ਦੇ ਰਿਹਾ ਸੀ। ਭਾਗ ਦੂਸਰੇ ਦਿਨ ਇਸ ਕੇਸ ਦਾ ਪੜਤਾਲੀਆ ਅਫਸਰ ਇੰਸਪੈਕਟਰ ਕਰਮ ਸਿੰਘ ਤੇ ਡਾਕਟਰ ਚੇਤਨ ਆਨੰਦ ਦਾ ਬੇਟਾ ਵੀ ਡਾਕਟਰ ਅਮਰ ਆਨੰਦ ਕੋਰਟ ਵਿੱਚੋਂ ਨਿਕਲੇ ਸੀ ਕਿ ਪ੍ਰੈਸ ਵਾਲਿਆਂ ਨੇ ਆ ਘੇਰੇ। ਸਰ, ਸੁਣਿਆ ਮਨੁੱਖੀ ਅੰਗ ਤੇ ਮੁਰਦਾ ਚੋਰੀ ਜੇ ਘਿਨਾਉਣੇ ਕੰਮ 'ਚ ਕਈ ਸਫੈਦਪੋਸ਼ ਵੀ ਸ਼ਾਮਲ ਸਨ। ਪੁਲਿਸ ਨੇ ਦਬਾਅ 'ਚ ਆ ਕੇ ਉਹਨਾਂ ਨੂੰ ਨਹੀਂ ਫੜਿਆ, ਸਗੋਂ ਡਾਕਟਰ ਜੇ ਮਾਹਿਰਾਂ ਨੂੰ ਵੀ ਮੁੱਖ ਦੋਸ਼ੀ ਬਣਾ ਕੇ ਉਹਨਾਂ ਨੂੰ ਬਚਾ ਲਿਆ। ਨਹੀਂ, ਪੁਲਿਸ ਦੀ ਪੜਤਾਲ 'ਤੇ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਸੀ ਅਤੇ ਨਾ ਹੈ। ਕੀਤੀ ਪੜਤਾਲ ਦੌਰਾਨ ਜੋ ਤੱਥ ਸਾਹਮਣੇ ਆਏ ਉਹਨਾਂ ਦੇ ਆਧਾਰ 'ਤੇ ਠੋਸ ਸਬੂਤ ਕਾਰਨ ਦੋਸ਼ੀ ਅਜੇ ਰੋਹਿਰਾ ਗੁਨਾਹਗਾਰ ਹੈ। ਦੋਸ਼ੀ ਅਜੈ ਰੋਹਿਰਾ ਗੁਨਾਹਗਾਰ ਹੈ। ਸਰ, ਮੁਜਰਮ ਨੂੰ 3 ਦਿਨ ਤੱਕ ਫਾਂਸੀ 'ਤੇ ਲਟਕਾਉਣਾ ਉਸ ਨਾਲ ਬੇਇਨਸਾਫੀ ਨਹੀਂ? ਇੰਸਪੈਕਟਰ ਕਰਮ ਸਿੰਘ ਆਪਣੀਆਂ ਐਨਕਾਂ ਨੂੰ ਉਤਾਰਦਾ ਬੋਲਿਆ, ਦੇਖੋ ਅਦਾਲਤ ਸਬੂਤਾਂ ਦੇ ਆਧਾਰ 'ਤੇ ਫੈਸਲਾ ਕਰਦੀ ਹੈ, ਉਸ 'ਤੇ ਉਂਗਲੀ ਨਹੀਂ ਉਠਾਈ ਜਾ ਸਕਦੀ। ਪੂਰੀ ਤਰ੍ਹਾਂ ਜਾਂਚ ਪਰਖ ਕੇ ਫੈਸਲਾ ਸੁਣਾਉਂਦੀ ਹੈ, ਕਿਸੇ ਨਾਲ ਕੋਈ ਬੇਇਨਸਾਫੀ ਜਾਂ ਪੱਖਪਾਤ ਨਹੀਂ ਕਰਦੀ। ਡਾਕਟਰ ਅਮਰ, ਕੀ ਇਹ ਸੱਚ ਹੈ ਕਿ ਇਨਸਾਨ ਦੇ ਦਿਮਾਗ ਨੂੰ ਹਾਈਜੈਕ ਕਰਕੇ ਉਸ ਤੋਂ ਮਨ ਮਰਜ਼ੀ ਨਾਲ ਕੰਮ ਕਰਵਾਇਆ ਜਾ ਸਕਦਾ? ਇਹ ਤਕਨੀਕ ਵੀ ਤੁਹਾਡੇ ਹਸਪਤਾਲ ਵੱਲੋਂ ਕੱਢੀ ਹੈ? ਇਹ ਨਹੀਂ ਲੱਗ ਰਿਹਾ ਕਿ ਅਜਿਹੀ ਕਾਢ ਦੀ ਸਿਰਜਣਾ ਕਰਕੇ ਤੁਸੀਂ ਕੋਈ ਗਲਤੀ ਕੀਤੀ ਹੈ? ਜੀ ਨਹੀਂ, ਅੱਛਾਈ ਅਤੇ ਬੁਰਾਈ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਇਨਸਾਨਾਂ ਦੀ ਭਲਾਈ ਜਾਂ ਸਹੂਲਤਾਂ ਲਈ ਨਵੀਂ ਕਾਢ ਨੂੰ ਜਨਮ ਦੇਣ ਵਾਲਾ ਸਿਰਫ ਅੱਛਾਈ ਸੋਚ ਕੇ ਹੀ ਕੰਮ ਕਰਦਾ ਹੈ। ਉਹ ਤਾਂ ਸ਼ੈਤਾਨੀ ਦਿਮਾਗ ਹਨ ਜੋ ਬਾਅਦ ਵਿੱਚ ਉਹਦਾ ਦੁਰਉਪਯੋਗ ਕਰਦੇ ਹਨ। ਜਿਵੇਂ ਇਨਸਾਨ ਦੀ ਸੁੱਖ ਸਹੂਲਤ ਲਈ ਹਵਾਈ ਜਾਂ ਸਮੁੰਦਰੀ ਜਹਾਜ਼ ਨੂੰ ਵਿਕਸਿਤ ਕੀਤਾ, ਪਰ ਬੁਰੇ ਇਨਸਾਨਾਂ ਨੇ ਇਹਨੂੰ ਵਰਲਡ ਟ੍ਰੇਡ ਸੈਂਟਰ ਅਤੇ ਮੁੰਬਈ ਤਾਜ ਹਮਲੇ ਜਿਹੇ ਘਿਨਾਉਣੇ ਕੰਮ ਲਈ ਵਰਤ ਕੇ ਇਹਨਾਂ ਦਾ ਦੁਰਉਪਯੋਗ ਕੀਤਾ। ਦੇਸ਼ ਅਤੇ ਦੇਸ਼ ਵਾਸੀਆਂ ਦੀ ਰੱਖਿਆ ਲਈ ਬਣਾਈ ਬੰਦੂਕ ਸਰਹੱਦ 'ਤੇ ਖੜ੍ਹੇ ਸਿਪਾਹੀ ਦੇ ਹੱਥ ਦੇ ਕੇ ਸਹੀ ਕੰਮ ਕੀਤਾ, ਪਰ ਉਹੀ ਹਥਿਆਰ ਗਲਤ ਅਨਸਰਾਂ ਹੱਥ ਲੱਗਣ 'ਤੇ ਇਨਸਾਨ ਅਤੇ ਅਮਨ ਕਾਨੂੰਨ ਨੂੰ ਖਤਰਾ ਹੋਣ ਲੱਗਾ। ਇਸ ਲਈ ਸਾਲਾਂ ਦੀ ਕਰੜੀ ਮਿਹਨਤ ਤੋਂ ਬਾਅਦ ਬ੍ਰੇਨ ਟ੍ਰਾਂਸਪਲਾਂਟ, ਬ੍ਰੇਨ ਮੈਮਰੀ ਦੀ ਕਾਪੀ ਕਰਨ, ਬ੍ਰੇਨ ਮੈਮਰੀ 'ਚ ਬੈਠੇ ਗਲਤ ਵਿਚਾਰਾਂ ਨੂੰ ਡਿਲੀਟ ਕਰਕੇ ਇਨਸਾਨ ਨੂੰ ਸਹੀ ਦਿਸ਼ਾ, ਸਹੀ ਵਿਚਾਰ ਆਦਿ ਦੇਣ ਦੀ ਤਕਨੀਕ ਸਫਲਤਾਪੂਰਵਕ ਹਾਸਲ ਕਰਕੇ ਅਸੀਂ
कोई गलती नहीं की, सगों सानू माण है कि इस नाल इंसान का भला ही होएगा। सर सर एक होर सवाल, प्रेस कर्मचारियों ने अगे कदम उठाते डॉक्टर अमर चेतन नू रोक लिया। जी सर हुणे तुसी कहा कि तुहाडे वल्लों कड़ी तकनीक नाल गलत विचारां नू खत्म करके इंसान नू सही दिशा दित्ती जा सकती है, पर मुर्दा चोर नू सही दिशा दे के 3 दिनां दी फांसी तो क्यों नहीं बचा सकते? जी समाज की भलाई ते अनुशासन नू बरकरार रखने लई कानून बनाया है। पीड़ित नू इंसाफ ते दोषी नू दंड देना ही कानून दा धर्म है। साड़ी तकनीक का यह मतलब नहीं कि मनुखी खून का घाण कर चुके आदमी नू ठीक करके उन्हों कीते दी सज़ा तो बचाया जा सके। अजे आदमी नू सज़ा हर हालत मिलनी चाहिए है जो कानून ने दिती। हाँ मन च वहम भरम पाल बैठे किसी घटना नू दिमाग च बैठा बैठे नशियां दी लत आदि नू मन चो कढ़न लई असीं इह तकनीक नू जन्म दिता है, किसी अपराधी नू फांसी दे फंदे तो बचाउण लई नहीं। इन्नी गल कह के इंस्पैक्टर करम सिंह ते डॉक्टर अमर आनंद अपनी कार च जा बैठे। सर सर एक होर सवाल, सर मीडिया वाले सवाल कर रहे सन पर इंस्पैक्टर करम सिंह ते डॉक्टर अमर आनंद ने तेजी नाल अपनी कार अगे वधा ली सी। सर सुनिया तुसी इंसान नू फिर जिंदा करन दे बिल्कुल नेड़े पहुँच गए हो, किते झूठी खबर शोहरत हासिल करन लई तां नहीं? डॉक्टर अमर की कार अगे वधदी वधदी रुक गई। एक नज़र सवाल करन वाले मीडिया कर्मी ते मार डॉक्टर अमर आनंद ते करमी ते मार डॉक्टर अमर आनंद बोलिया, अमर आनंद हस्पताल नू फोकी शोहरत हासिल करन दी जरूरत असी पहला ही नामुमकिन नू मुमकिन कर अपना मुकाम हासिल किया। डॉक्टर साहब आप दस सकते हो कि इंसान नू मुड़ किवें किस फॉर्मूले जां थ्योरी नाल जिंदा कर दे हो? हर मशीन वांग साडा शरीर भी काम करदा, शरीर दे वख-वख पार्ट अपना सही काम करके पूरी बॉडी नू चलाउंदे हन। ब्लड ते ऑक्सीजन साडे शरीर च बालण दा काम करदे हन। किसी कारण साडे शरीर दे अहम अंग दिल फेफड़े किडनी आदि इन्हां चों कोई भी एक अंग अपने काम किसी कारण नहीं करदा तां शरीर च ब्लड ते ऑक्सीजन दी सप्लाई च विघन पै जांदा है, जिस कारण शरीर दे बाकी अंगां नू भी इह सप्लाई सही मात्रा च जां बिल्कुल नहीं पहुँचदी। ये बालण दे ना मिलण कारण सारी मशीनरी ठप हो जाती है, इंसान की मौत हो जाती है। पर फिर तुहाडी टीम की रोल अदा करती है? क्योंकि इंसान की मौत तो बाद उहदा ब्लड जम जाता है तो अपनी शक्ति खो दिंदा है, उहदे अहम अंग नकारा हो जाते हैं। साडी टीम ने इंसान नू जिंदा करन लई इस ऑपरेशन दे पार्ट बनाए हैं। पहला मरे इंसान दे ब्लड ते ऑक्सीजन नू फिर तो सही मात्रा च तंदुरुस्त करना, असी ब्लड नू एक खास तकनीक राही फिर तरोताज़ा कर दोबारा वरतन लई तैयार करते हैं, क्योंकि सब तो पहला तंदुरुस्त ब्लड ते ऑक्सीजन का सही मात्रा च होना जरूरी है। दूसरा साड़ी टीम एक खास किस्म की इनफॉर्मेशन बॉडी स्कैन मशीन राही बड़ी बरीकी नाल पूरी बॉडी का मुआयना करती है। ये मशीन सानू शरीर के हर हिस्से के हर अंग की खबर देती है कि इसका ये अंग खराब है जां ठीक, फिर उसे दे आधार पर असी खराब अंग बदल दें। सर तुहाडे मुताबक तुहाडे हस्पताल च सेफ करके रखे अगे किसी भी बॉडी च फिट किए जा सकते हैं? जी नहीं, दोबारा लगाए जा रहे अंग ते बॉडी का ब्लड ग्रुप एक होना बहुत जरूरी है। सर अंग बदलन तो बाद अगले किस विषय पर काम कर दे? ब्लड ऑक्सीजन के खराब अंग बदलन तो बाद जो मुख काम है वह है मनुख की सह किरिया दोबारा चालू करना। वह किवें? करड़ी मेहनत तो बाद असी 2 अजे सूखम यंत्र बनाने से सफलता हासिल की है जिन्हों चो एक दिल के खास अंदरूनी भाग अंदर फिट किया जाता है जो दिल में दोबारा तड़का के खून पंप से अपना बाकी का काम करने की बेशुमार शक्ति दिता है। तो दूजा फेफड़े दियां कोशिकावां नूं गति दे के हवा दे अंदर खिंचन ते बाहर छड्डन दी क्रिया नूं बाखूबी निभाउंदा है। इस सारी प्रक्रिया बॉडी दे सारे ऑपरेशन खत्म होण तों ठीक 1 घंटे दे अंदर अंदर आदमी कुदरती तौर ते साह लैण च सफल हो जांदा है, जां इह कह लो इंसान फिर तो जिंदा हो जांदा है। सर इंसान कद तक जिंदा रहिंदा है? अजय इंसान का हर महीने मैडिकल चैकअप जरूरी है, साडे वालों लगाई मशीन की फुल गरंटी है, फिर भी अगर उस इंसान का कोई होर पार्ट काम छड़ दे तो कहा नहीं जा सकता। सर इंसान दोबारा जिंदा करन दा होई मौत दे बाद कोई टाइम निश्चित है?
जी बिल्कुल, जिन्नी जल्दी हो सके उन्नी जल्दी बॉडी साढ़े हस्पताल च पहुँचाई जाए। फिर भी इस इलाज का लाभ लैण लई बॉडी नूं मौत तो बाद 24 घंटिया के अंदर अंदर ट्रीटमेंट ते ऑपरेशन जरूरी है। सर एक होर सवाल जी, सर की आप रब की बराबरी जां उस तो उपर उठन की कोशिश कर रहे हो? नहीं जी, हरगिज़ नहीं। असी तां कुदरत दीआं रचनावां नूं समझ के रब दे नेड़े पहुंचण दी कोशिश कीती है। वह तो सर्वशक्तिमान है, उहदी बराबरी जां रीस कौन कर सकदा? डॉक्टर साहब यह तो कोई कल्पना लगती है, हकीकत नहीं। पत्रकार साहब कल्पना सुपना सिरजदी है ते सुपना काढ़ दी पितामा है। इंसान ने पंछियों वांगू उड़न की कल्पना की, सुपने संजोए, वक् वक् कढ़ा ते एक्सपैरिमेंटा ने हवाई जहाज़ों नू जन्म दिता। चंद ते पहुंचना, ब्रह्मांड ते समुद्र तल ते पहुंचना सब कल्पना दी ही देन है। गल की जो भी सुख सहूलतां जां जो असी देख सुन रहे हां सब कल्पना दे पेट विच ही निकलियां हन। इह कहिंदे आ डॉक्टर अमर ने गड्डी अगे तोर लई। अमर साहब एक आखिरी सवाल, जेकर मुर्दा चोर नू फिर तो जिंदा करन बारे कहा जाए तां करोगे? देखो डॉक्टर मरीज दा इलाज अपना कर्म धर्म समझ के करता है, उहदे सामने सिर्फ एक मरीज हुंदा है, उस आदमी दे कम्मां नाल उहदा कोई लेना देना नहीं हुंदा। वैसे भी असी मौत तो 24 घंटिया के अंदर अंदर अपना काम कर सकते हैं, उस तो बाद नहीं। कहिंदे डॉक्टर अमर ने अपनी गड्डी अगे अगे तोर ली सी, पर प्रेस वाले अजे भी सवाल कर रहे सन। अंग तीसरा, दोषी की फांसी की सज़ा माफ़ी की अपील रद्द होण ते फांसी देने की तरीक ते समय ते मोहर लगन की भिणक जब मीडिया नूं पई तो उन्हां दे कैमरे ते कलमा हरकत च आ गई। पुलिस मुखी किसी काम ते जाण लई दफ्तर निकलिया ही सी कि उहदे उस ते कैमरे फोकस हो गए। सर सुनिया मुर्दा चोर की फांसी विरुद्ध की अपील रद्द हो गई है? जी हाँ, यह सही है। सर की दोषी नूं 3 दिन फांसी ते लटकाउणा जरूरी है? यह तय करना मेरा काम नहीं, अदालत का काम है। अदालत ने जो फैसला दिता उसे नूं सही मनिया जाएगा। सुनिया मुर्दा चोर का कोई सका संबंधी नहीं, फिर इस अपील नूं किसने दायर किया? दोषी दे सरकारी वकील ने, पुलिस मुखी ने अपनी घड़ी देखदिआं कहा। सर इस केस ते दोषी बारे चानना पाओगे? पुलिस मुखी ने कुछ सोच के लम्मा जिहा साह लैके कहा ठीक है। फिर वह कुछ सोचण लगा, कुछ मिनट बाद उन्हें कहना शुरू किया अपने इलाके च मशहूर अमर आनंद हस्पताल रिसर्च सेंटर ते कॉलेज है जो इस समय इसे केस का शिकार होया है। उन्हीं दिनी उस हस्पताल के मालिक ते डायरेक्टर डॉक्टर चेतन आनंद अपने 62 डॉक्टर की क्वालिफाइड टीम नाल सस्ते ते तसली बख्श इलाज करन लोकां च हरमन प्यारे से। कई अहम सक्सेस एक्सपैरीमेंट करन तो बाद, सर वो अहम एक्सपैरीमेंट की सी? किसी पत्रकार ने गल विच ही टोक के कहा। पूरी डिटेल लई तुहानू अमर आनंद हस्पताल नाल संपर्क करना पएगा, उही विस्तार नाल सब दस सकते हैं। पुलिस अधिकारी ने अपनी घड़ी देखदिया गल टाल दिती। सर फिर की होया? कीती तफतीश दौरान पता लग्या कि डॉक्टर चेतन आनंद अपनी टीम की करड़ी मेहनत तो बाद मरे इंसान नूं जिंदा करन दे अपने बचपन के सुपने नूं सच करन वाले सन। वो इस हुनर नूं दूसरे दिन मीडिया सामने रख के दुनिया च तहलका मचाउणा चाहुंदे सन। अपने इस सुपने की सफलता की खुशी च उस रात उन्होंने अपनी टीम नाल पार्टी भी अरेंज की, पर उस रात ना सिर्फ उन्होंने दी लैब विचों जिंदा होने वाली बॉडी नूं किसी ने बुरी तरह प्रभावित करन उन्हां दे सुपने नूं मिटाउण की कोशिश की, बल्कि उस रात डॉक्टर चेतन आनंद समेत उहदी टीम के पूरे 11 डॉक्टर का अपहरण कर लिया गया। पर पुलिस ते लोकां नूं इह गल हजम नहीं हुई। सर आदमी नूं मुड़ जिंदा करन ते उन्हां दे एक्सपैरिमेंट बारे तुसी की कहना चाहोगे? फिलहाल यह कह सकदा कि उन्हां मुताबक इंसान नूं फिर जिंदा करन दा सुपना उन्होंने तकरीबन पूरा कर लिया है। बहुत जल्दी इस नूं दुनिया के सामने रखणगे। बाकी इस बारे सही जानकारी तुहानूं उन्हां दी टीम ही दे सकदी है। फिर की होया? सर इको समय इकट्ठे 11 डॉक्टर की टीम का लापता होने नाल तरथली मच गई। केस पूरी टीम आखिर किसने अगवा कर ली या फिर खुद ब खुद टीम लापता हो गई? कई अजे सवाल सन जिन्हों का किसी कोई जवाब नहीं सी। इन्हों लभण लई पुलिस अजे अपनी कार्रवाई कर ही रही सी कि इको रात शहर के वक् वक् कब्रस्तानों चों 4 मुरदे चोरी हो गए। शहर च तहलका मच गया।
ਕਿਉਂਕਿ ਡਾਕਟਰ ਇਨਸਾਨ ਨੂੰ ਮੁੜ ਜ਼ਿੰਦਾ ਕਰਨ ਦੇ ਵਿਸ਼ੇ 'ਤੇ ਕੰਮ ਕਰ ਰਹੇ ਸਨ। ਪੁਲਿਸ ਨੂੰ ਸ਼ੱਕ ਪਿਆ ਕਿ ਹੋ ਸਕਦਾ ਹੈ ਉਸ ਟੀਮ ਦਾ ਅਪਹਰਣ ਹੀ ਨਾ ਹੋਇਆ ਹੋਵੇ, ਉਹ ਕਿਸੇ ਗੁਪਤ ਸਥਾਨ 'ਤੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲੱਗੀ ਹੋਵੇ, ਕਿਉਂਕਿ ਇਸ ਵਿਸ਼ੇ ਲਈ ਤਾਂ ਮੁਰਦਿਆਂ ਦੀ ਲੋੜ ਸਿਰਫ ਉਹਨਾਂ ਨੂੰ ਹੀ ਪੈ ਸਕਦੀ ਹੈ। ਇਹ ਮਾਮਲਾ ਥੋੜ੍ਹਾ ਸ਼ਾਂਤ ਹੋਇਆ ਸੀ ਕਿ ਚੇਤਨ ਆਨੰਦ ਹਸਪਤਾਲ ਦੇ 5 ਹੋਰ ਡਾਕਟਰ ਮਨੁੱਖੀ ਅੰਗਾਂ ਸਮੇਤ ਗਾਇਬ ਹੋ ਗਏ। ਪੁਲਿਸ ਨੇ ਜਦ ਹਸਪਤਾਲ ਦੇ ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਤਾਂ ਉਹਦੇ ਹੋਸ਼ ਉੱਡ ਗਏ। ਉਹ ਡਾਕਟਰ ਹਸਪਤਾਲ ਦੀ ਮਨੁੱਖੀ ਅੰਗ ਬੈਂਕ 'ਚੋਂ ਮਨੁੱਖੀ ਅੰਗ ਚੋਰੀ ਕਰਦੇ ਨਜ਼ਰ ਆਏ। ਉਹ ਇਉਂ ਅਜੀਬ ਜਿਹਾ ਵਿਵਹਾਰ ਕਰ ਰਹੇ ਸਨ ਜਿਵੇਂ ਕੋਈ ਅਦ੍ਰਿਸ਼ ਸ਼ਕਤੀ ਉਹਨਾਂ ਕੋਲੋਂ ਸਭ ਕਰਵਾ ਰਹੀ ਹੋਵੇ। ਪੁਲਿਸ ਨੇ ਇਸ ਪਹੇਲੀ ਨੂੰ ਹੱਲ ਕਰਨ ਲਈ ਆਪਣਾ ਪ੍ਰੋਗਰਾਮ ਉਲੀਕਿਆ ਹੀ ਸੀ ਕਿ ਦੂਸਰੇ ਦਿਨ ਖੁਦ ਡਾਕਟਰ ਚੇਤਨ ਆਨੰਦ ਅਤੇ ਉਹਦੇ ਦੋ ਸਾਥੀਆਂ ਦੀਆਂ ਕਬਰਾਂ 'ਚੋਂ ਮੁਰਦੇ ਉਖਾੜਦਿਆਂ ਦੀ ਫੋਟੋ ਸਮੇਤ ਛਪੀ ਖਬਰ ਨੇ ਬਲਦੀ ਅਤੇ ਤੇਲ ਦਾ ਕੰਮ ਕੀਤਾ। ਲੋਕਾਂ ਵਿੱਚ ਅਜਿਹਾ ਰੋਹ ਉੱਠਿਆ ਕਿ ਉਹਨਾਂ ਨੇ ਅਮਰ ਆਨੰਦ ਹਸਪਤਾਲ ਦੇ ਰਿਸਰਚ ਸੈਂਟਰ 'ਚ ਅੱਗ ਲਾ ਦਿੱਤੀ ਅਤੇ ਭੰਨ ਤੋੜ ਕੀਤੀ। ਡਾਕਟਰ ਚੇਤਨ ਆਨੰਦ ਦੇ ਬੇਟੇ ਅਮਰ ਆਨੰਦ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ। ਲੋਕਾਂ ਦੀ ਮੰਗ ਨੂੰ ਵੇਖਦਿਆਂ ਡਾਕਟਰ ਅਮਰ ਨੂੰ ਗ੍ਰਿਫਤਾਰ ਕਰਕੇ ਸਖਤੀ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ, ਪਰ ਉਹ ਕਦੇ ਵੀ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਇਹਨਾਂ ਘਟਨਾਵਾਂ 'ਚ ਉਹਦਾ ਪਿਤਾ ਡਾਕਟਰ ਚੇਤਨ ਆਨੰਦ ਦਾ ਹੱਥ ਹੈ। ਉਸ ਦਾ ਇਹੀ ਕਹਿਣਾ ਸੀ ਕਿ ਉਹ ਕਿਸੇ ਗਹਿਰੀ ਚਾਲ ਦਾ ਸ਼ਿਕਾਰ ਹਨ, ਪਰ ਅਖਬਾਰ 'ਚ ਛਪੀਆਂ ਤਸਵੀਰਾਂ ਅਤੇ ਹਸਪਤਾਲ ਦੇ ਕੈਮਰਿਆਂ ਵਿੱਚੋਂ ਮਨੁੱਖੀ ਅੰਗ ਚੋਰੀ ਕਰਦੇ ਡਾਕਟਰਾਂ ਦੀ ਹਰਕਤ ਕੁਝ ਹੋਰ ਹੀ ਬਿਆਨ ਕਰ ਰਹੀ ਸੀ। ਇੱਕ ਵਾਰ ਮਾਯੂਸ ਹੋ ਕੇ ਪੁਲਿਸ ਦੀ ਖੁਫੀਆ ਟੀਮ ਅਤੇ ਮੁਖਬਰਾਂ ਨੇ ਫਿਰ ਹਥਿਆਰ ਚੁੱਕ ਲਏ। ਪ੍ਰਸ਼ਾਸਨ ਨੇ ਇਸ ਕੇਸ ਤੋਂ ਪਰਦਾ ਚੁੱਕਣ ਲਈ ਆਪਣੀ ਪੂਰੀ ਤਾਕਤ ਝੋਂਕ ਦਿੱਤੀ। ਪ੍ਰਸ਼ਾਸਨ ਦੀ ਮਿਹਨਤ ਰੰਗ ਲਿਆਈ। ਆਖਿਰ ਜਿਸ ਤਰੀਕੇ ਨਾਲ ਡਾਕਟਰ ਆਨੰਦ ਦੀ ਟੀਮ ਰਹੱਸਮਈ ਹਾਲਤਾਂ 'ਚ ਗਾਇਬ ਹੋਈ ਸੀ, ਉਸੇ ਤਰ੍ਹਾਂ ਲੱਭ ਵੀ ਗਈ। ਜਦ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਤਾਂ ਸਾਰੇ ਚੌਂਕ ਉੱਠੇ। ਉਹਨਾਂ ਦੇ ਦਿਮਾਗ ਨੂੰ ਹਾਈਜੈਕ ਕੀਤਾ ਗਿਆ ਸੀ। ਡਾਕਟਰ ਅਮਰ ਨੇ ਨਾ ਸਿਰਫ ਉਹਨਾਂ ਨੂੰ ਠੀਕ ਕੀਤਾ, ਸਗੋਂ ਇਸ ਗੱਲ ਦੇ ਪੁਖਤਾ ਸਬੂਤ ਵੀ ਦੇ ਦਿੱਤੇ ਕਿ ਉਹ ਬਿਲਕੁਲ ਬੇਕਸੂਰ ਹਨ। ਜਿੱਥੇ ਸਾਰਿਆਂ ਨੇ ਆਪਣੀ ਤਕਨੀਕ 'ਤੇ ਮਾਣ ਮਹਿਸੂਸ ਕੀਤਾ, ਉੱਥੇ ਇਹ ਵੀ ਚਿੰਤਾ ਪ੍ਰਗਟਾਈ ਕਿ ਸਾਡੀ ਤਕਨੀਕ ਨਾਲ ਸਾਨੂੰ ਹੀ ਕਿਸੇ ਨੇ ਆਪਣੀ ਕਠਪੁਤਲੀ ਬਣਾਇਆ। ਕਿਤੇ ਅਜਿਹਾ ਤਾਂ ਨਹੀਂ ਕਿ ਕੋਈ ਆਪਣੀ ਹੀ ਟੀਮ ਦਾ ਡਾਕਟਰ ਉਹਨਾਂ ਨਾਲ ਕੋਈ ਖੇਲ ਖੇਲ ਰਿਹਾ ਹੋਵੇ? ਕੌਣ ਹੈ ਉਹ ਅਤੇ ਕਿਸ ਮਕਸਦ ਲਈ ਅਜਿਹਾ ਕਰ ਰਿਹਾ? ਇਹ ਸਵਾਲ ਉਹਨਾਂ ਦੇ ਸਾਹਮਣੇ ਪਹਾੜ ਵਾਂਗ ਸੀਨਾ ਤਾਣ ਕੇ ਖੜ੍ਹਾ ਸੀ, ਜਿਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਸੀ। ਜਿੱਥੇ ਆਨੰਦ ਹਸਪਤਾਲ ਦੀ ਟੀਮ ਸਭ ਕੁਝ ਭੁਲਾ ਕੇ ਆਪਣੇ ਸੁਪਨੇ ਨੂੰ ਸਾਕਾਰ ਕਰਨ 'ਤੇ ਜੁਟ ਗਈ ਸੀ, ਉੱਥੇ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਮਾਸਟਰ ਮਾਈਂਡ ਅਜੇ ਵੀ ਪੁਲਿਸ ਲਈ ਇੱਕ ਪਹੇਲੀ ਸੀ, ਜਿਸ ਨੂੰ ਹੱਲ ਕਰਨ ਲਈ ਪੁਲਿਸ ਦੀ ਸੰਗਠਿਤ ਕੀਤੀ ਟੀਮ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣਾ ਕੰਮ ਕਰ ਰਹੀ ਸੀ। ਇੱਧਰ ਡਾਕਟਰ ਚੇਤਨ ਆਨੰਦ ਨੂੰ ਪਤਾ ਨਹੀਂ ਕਿਉਂ ਕਾਲਾ ਚਸ਼ਮਾ ਪਹਿਨ ਲਿਆ ਸੀ। ਉਹਦਾ ਹਮੇਸ਼ਾ ਗੁੰਮ ਸੁੰਮ ਅਤੇ ਇਕਾਂਤ 'ਚ ਰਹਿਣ ਅਤੇ ਆਪਣੀ ਟੀਮ ਨੂੰ ਕੋਈ ਰਾਏ ਮਸ਼ਵਰਾ ਨਾ ਦੇਣ ਕਾਰਨ ਹਸਪਤਾਲ ਦੀ ਟੀਮ ਅਤੇ ਖੁਦ ਉਹਦੇ ਬੇਟੇ ਡਾਕਟਰ ਅਮਨ ਆਨੰਦ ਦੇ ਮਨ ਵਿੱਚ ਕਈ ਸ਼ੱਕ ਜਨਮ ਲੈਂਦੇ ਸਨ। ਪਰ ਆਖਰ ਉਹ ਸ਼ੱਕ ਤੇਜ਼ ਹਵਾ 'ਚ ਉੱਡਦੇ ਤੀਲੇ ਵਾਂਗੂ ਫੌਰਨ ਉੱਡ ਪੁੱਡ ਜਾਂਦੇ। ਪਰ ਕਿਤੇ ਨਾ ਕਿਤੇ ਅਮਰ ਆਨੰਦ ਨੂੰ ਆਪਣੇ ਪਿਤਾ ਦਾ ਇਸ ਤਰ੍ਹਾਂ ਚੁੱਪ ਰਹਿਣਾ ਚੁੱਭ ਜ਼ਰੂਰ ਰਿਹਾ ਸੀ। ਧੰਨਵਾਦ। ਅੰਗ 4 ਡਾਕਟਰ ਅਮਨ ਅੱਜ ਬਹੁਤ ਖੁਸ਼ ਸੀ। ਉਹਦੇ ਬਚਪਨ ਦੀ ਦੋਸਤ ਸੁਮਨ ਇੰਗਲੈਂਡ 'ਚੋਂ ਡਾਕਟਰੀ ਦੀ ਡਿਗਰੀ ਲੈ ਕੇ ਵਾਪਸ ਆ ਰਹੀ ਸੀ। ਅਮਰ ਆਪਣੀ ਦੋਸਤ ਨੂੰ ਰਿਸੀਵ ਕਰਨ ਲਈ ਏਅਰਪੋਰਟ 'ਤੇ ਪਹੁੰਚ ਚੁੱਕਾ ਸੀ। ਆਪਣੀ ਕਾਰ 'ਚ ਬੈਠਾ ਉਹ ਸੁਮਨ ਨਾਲ ਬਿਤਾਏ ਪਲਾਂ ਦੀਆਂ ਯਾਦਾਂ 'ਚ ਖੋ ਗਿਆ। ਅਚਾਨਕ ਜਹਾਜ਼ ਲੈਣ ਦੀ ਆਵਾਜ਼ ਨੇ ਉਹਨੂੰ ਹਿਲਾਉਣ ਦਿੱਤਾ। ਉਹ ਜਲਦੀ ਜਲਦੀ ਗੁਲਦਸਤਾ ਉਠਾ ਕੇ ਆਪਣੇ ਪਰਿਜਨਾਂ ਨੂੰ ਰਿਸੀਵ ਕਰਨ ਆਏ ਲੋਕਾਂ 'ਚ ਸਭ ਤੋਂ ਅੱਗੇ ਖੜ ਗਿਆ। ਕੁਝ ਦੇਰ ਬਾਅਦ ਯਾਤਰੀ ਬਾਹਰ ਨਿਕਲਣ ਲੱਗੇ। ਹੈਲੋ ਹਾਈ ਦੀਆਂ ਆਵਾਜ਼ਾਂ ਗੂੰਜਣ ਲੱਗ ਪਈਆਂ। ਅਮਰ ਨੂੰ ਪਤਾ ਹੀ ਨਾ ਲੱਗਾ ਕਦ ਸੁਮਨ ਨੇ ਸਾਹਮਣੇ ਆ ਕੇ ਕਿਹਾ, ਹਾਏ ਅਮਰ। ਸੁਮਨ, ਅਮਰ ਨੇ ਗੁਲਦਸਤਾ ਉਹਨੂੰ ਦੇ ਕੇ ਇੱਕ ਟੱਕ ਉਹਨੂੰ ਨਿਹਾਰਦਿਆਂ ਕਿਹਾ, ਸੁਮਨ ਤੇਰਾ ਇੰਗਲੈਂਡ ਜਾਣ ਵੇਲੇ ਦਾ ਉਹੀ ਮਨਪਸੰਦ ਪਹਿਰਾਵਾ, ਉਹੀ ਸਨਗਲਾਸ, ਇਉਂ ਲੱਗਦਾ ਜਿਵੇਂ ਵੈਸੀ ਦੀ ਵੈਸੀ ਵਾਪਸ ਮੁੜ ਆਈ ਹੈ। ਤੂੰ ਆਪਣੀ ਡਾਕਟਰੀ ਦੀ ਪੜ੍ਹਾਈ ਵੀ ਪੂਰੀ ਕਰੀ ਹੈ ਕਿ ਨਹੀਂ? ਦੋਵੇਂ ਖਿਲ ਖਿਲਾ ਕੇ ਹੱਸ ਪਏ। ਹਾਸਾ ਠੱਠਾ ਕਰਦੇ ਦੋਵੇਂ ਕਾਰ 'ਚ ਸਵਾਰ ਹੋ ਆਪਣੇ ਘਰ ਵੱਲ ਚੱਲ ਪਏ। ਸੁਮਨ ਨੇ ਅਮਰ ਨੂੰ ਨਵੀਆਂ ਖੋਜਾਂ 'ਤੇ ਵਧਾਈ ਦਿੰਦਿਆਂ ਬੀਤੀਆਂ ਘਟਨਾਵਾਂ ਦੇ ਦੁੱਖ ਵੀ ਪ੍ਰਗਟ ਕੀਤਾ। ਫਿਰ
ਪਲ ਭਰ ਲਈ ਚੁੱਪ ਛਾ ਗਈ। ਕਾਰ ਆਪਣੀ ਰਫ਼ਤਾਰ ਨਾਲ ਦੌੜ ਰਹੀ ਸੀ। ਸੁਮਨ ਨੇ ਚੁੱਪ ਤੋੜਦਿਆਂ ਨਫ਼ਰਤ ਨਾਲ ਕਿਹਾ, ਅਤੇ ਉਹ ਸ਼ੈਤਾਨ ਮੁਰਦਾ ਚੋਰ। ਸੁਮਨ ਜੀ, ਬਹੁਤ ਜਲਦੀ ਉਹਨੂੰ ਫਾਂਸੀ ਹੋਣ ਵਾਲੀ ਹੈ। ਦਰਿੰਦਾ ਕਹਿੰਦਿਆਂ ਸੁਮਨ ਦੀਆਂ ਅੱਖਾਂ 'ਚ ਨਫ਼ਰਤ ਫੈਲ ਗਈ ਸੀ। ਪਲ ਭਰ ਲਈ ਫਿਰ ਚੁੱਪ ਛਾ ਗਈ। ਅਮਰ, ਅੰਕਲ ਅਤੇ ਆਂਟੀ ਕਿਵੇਂ ਨੇ? ਸੁਮਨ ਨੇ ਜ਼ਰਾ ਨਜ਼ਰਾਂ ਅਮਰ ਦੇ ਚਿਹਰੇ 'ਤੇ ਗੜ ਦਿੱਤੀਆਂ। ਅਮਰ ਨੇ ਹੌਕਾ ਜਿਹਾ ਲੈ ਕੇ ਕਿਹਾ, ਸੁਮਨ ਜੀ, ਬੀਤੀਆਂ ਘਟਨਾਵਾਂ ਤੋਂ ਬਾਅਦ ਮਾਂ ਤਾਂ ਬੋਲਣਾ ਹੀ ਭੁੱਲ ਗਈ ਹੈ, ਅਤੇ ਪਿਤਾ ਜੀ ਵੀ ਪਤਾ ਨਹੀਂ ਕਿੱਥੇ ਖੋਏ ਖੋਏ ਰਹਿੰਦੇ ਨੇ। ਉਹ ਨਾ ਤਾਂ ਪਹਿਲਾਂ ਵਾਂਗ ਹੱਸਦੇ ਖੇਡਦੇ ਨੇ, ਅਤੇ ਨਾ ਹੀ ਕਿਸੇ ਵਿਸ਼ੇ 'ਤੇ ਰਾਏ ਦਿੰਦੇ ਨੇ। ਪਤਾ ਨਹੀਂ ਮੈਨੂੰ ਕਿਉਂ ਇਹ ਲੱਗਦਾ ਜਿਵੇਂ ਉਹ ਪਿਤਾ ਜੀ ਨਹੀਂ ਕੋਈ ਹੋਰ ਬਹੁਰੂਪੀਆ ਹੋਵੇ। ਇਹ ਵੀ ਤਾਂ ਹੋ ਸਕਦਾ ਹੈ। ਅਮਰ ਕੇ ਅੰਕਲ ਆਪਣੀ ਮਾਨ ਮਰਿਆਦਾ 'ਤੇ ਲੱਗੀ ਸੱਟ ਕਾਰਨ ਸਦਮੇ 'ਚ ਹੋਣ। ਸੁਮਨ ਨੇ ਅਮਰ ਦੀ ਗੱਲ ਵਿੱਚੋਂ ਕੱਟਦਿਆਂ ਕਿਹਾ, ਹਾਂ ਸੁਮਨ ਜੀ, ਅਜਿਹਾ ਵੀ ਹੋ ਸਕਦਾ। ਚਿੰਤਾ ਨਾ ਕਰੋ ਅਮਰ, ਆਹਿਸਤਾ ਆਹਿਸਤਾ ਸਭ ਠੀਕ ਹੋ ਜਾਏਗਾ। ਅਮਰ ਨੇ ਗਹਿਰਾ ਸਾਹ ਖਿੱਚ ਕੇ ਜਿਵੇਂ ਸਰੀਰ ਨੂੰ ਨਿਡਾਲ ਜਿਹਾ ਕਰ ਲਿਆ, ਫਿਰ ਚੁੱਪ ਛਾਈ ਰਹੀ। ਸੁਮਨ, ਹਾਂ, ਤੇਰੇ ਡੈਡੀ ਜੀ ਕਿਵੇਂ ਨੇ? ਸੁਮਨ ਕਿਸੇ ਸੋਚ 'ਚ ਖੋ ਗਈ। ਉਹਦੇ ਚਿਹਰੇ 'ਤੇ ਚਿੰਤਾ ਦੀਆਂ ਲਕੀਰਾਂ ਖੜੀਆਂ ਹੋ ਗਈਆਂ। ਕੀ ਹੋਇਆ? ਅਮਰ ਨੇ ਉਹਦਾ ਚਿਹਰਾ ਪੜ੍ਹਦਿਆਂ ਕਿਹਾ, ਕੀ ਦੱਸਾਂ ਅਮਰ, ਡੈਡੀ ਨਾਲ ਪਿਛਲੇ 2.5 ਮਹੀਨਿਆਂ ਤੋਂ ਮੇਰੀ ਗੱਲਬਾਤ ਨਹੀਂ ਹੋਈ, ਅਤੇ ਨਾ ਮੈਨੂੰ ਉਹਦੀ ਕੋਈ ਖਬਰ ਹੈ। ਵਾਟ? ਅਮਰ ਨੇ ਹੈਰਾਨ ਹੁੰਦਿਆਂ ਕਿਹਾ, ਹਾਂ ਅਮਰ, ਪਤਾ ਨਹੀਂ ਡੈਡੀ ਨੇ ਅਚਾਨਕ ਕਿਉਂ ਗੱਲਬਾਤ ਕਰਨੀ ਛੱਡ ਦਿੱਤੀ, ਜਦਕਿ ਅੱਜ ਤੱਕ ਅਜਿਹਾ ਨਹੀਂ ਹੋਇਆ। ਸੁਮਨ, ਹੋ ਸਕਦਾ ਉਹ ਕਿਸੇ ਕੰਮ 'ਚ ਫਸ ਗਏ ਹੋਣ। ਪਰ ਅਮਰ, ਅਜਿਹਾ ਕੀ ਕੰਮ ਹੋ ਸਕਦਾ ਹੈ ਕਿ ਉਹਨਾਂ ਨੂੰ ਗੱਲ ਕਰਨ ਦੀ ਵੀ ਫੁਰਸਤ ਨਹੀਂ? ਮੈਨੂੰ ਬਹੁਤ ਘਬਰਾਹਟ ਹੋ ਰਹੀ ਹੈ, ਪਤਾ ਨਹੀਂ ਕਿਉਂ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ। ਉਹਦਾ ਹੌਸਲਾ ਵਧਾਉਂਦੇ ਅਮਰ ਨੇ ਕਿਹਾ, ਫਿਕਰ ਨਾ ਕਰ ਸੁਮਨ, ਅੰਕਲ ਬੱਚੇ ਥੋੜ੍ਹੀ ਨੇ, ਫਿਰ ਤੂੰ ਆ ਗਈ ਹਾਂ, ਆਪਾਂ ਪਤਾ ਕਰ ਲਾਂਗੇ ਉਸ ਨਾਲ ਆਖਰੀ ਗੱਲਬਾਤ ਕਦ ਹੋਈ ਸੀ। ਕੁਝ ਸੋਚ ਕੇ ਸੁਮਨ ਬੋਲੀ, ਹਾਂ ਅਮਰ, ਜਦ ਲਾਸਟ ਵਾਰੀ ਡੈਡੀ ਨਾਲ ਗੱਲ ਹੋਈ ਸੀ ਉਹ ਬਹੁਤ ਖੁਸ਼ ਸੀ। ਉਹਨਾਂ ਨੇ ਕਿਹਾ ਸੀ ਕਿ ਉਹ ਅਮਰ ਆਨੰਦ ਰਿਸਰਚ ਸੈਂਟਰ 'ਚ ਕਿਸੇ ਬਹੁਤ ਹੀ ਅਨੋਖੇ ਵਿਸ਼ੇ 'ਤੇ ਐਕਸਪੈਰੀਮੈਂਟ ਕਰ ਰਹੇ ਹਨ, ਉਹ ਬਹੁਤ ਜਲਦੀ ਸਰਪ੍ਰਾਈਜ਼ ਦੇਣਗੇ। ਵਾਟ? ਅਮਰ ਚੌਂਕ ਪਿਆ, ਇਹ ਕੀ ਕਹਿ ਰਹੀ ਹੈ ਸੁਮਨ? ਮੈਂ ਅੰਕਲ ਨੂੰ ਚੰਗੀ ਤਰ੍ਹਾਂ ਜਾਣਦਾ ਪਛਾਣਦਾ, ਉਹ ਮੇਰੇ ਹਸਪਤਾਲ 'ਚ ਹੈ ਹੀ ਨਹੀਂ। ਕੀ? ਸੁਮਨ ਜਿਵੇਂ ਸੁੰਨ ਹੋ ਗਈ ਸੀ। ਪਰ ਡੈਡੀ ਮੈਨੂੰ ਝੂਠ ਕਿਉਂ ਕਹਿਣਗੇ? ਪਰ ਸੁਮਨ, ਮੈਂ ਵੀ ਤੈਨੂੰ ਝੂਠ ਨਹੀਂ ਬੋਲ ਸਕਦਾ। ਜਦ ਦਾ ਮੈਂ ਅਮਰੀਕਾ ਤੋਂ ਆਪਣਾ ਕੋਰਸ ਕਰਕੇ ਆਇਆ ਉਦੋਂ ਦਾ ਅੰਕਲ ਨੂੰ ਮੈਂ ਆਪਣੇ ਹਸਪਤਾਲ 'ਚ ਨਹੀਂ ਦੇਖਿਆ। ਫਿਰ ਵੀ ਆਪਾਂ ਡੈਡੀ ਨਾਲ ਗੱਲ ਕਰਦੇ ਹਾਂ, ਹੋ ਸਕਦਾ ਉਹਨਾਂ ਨੂੰ ਕੋਈ ਖਬਰ ਹੋਵੇ। ਅਮਰ ਨੇ ਗੱਡੀ ਆਪਣੇ ਘਰ ਵੱਲ ਮੋੜ ਲਈ ਸੀ। ਠੀਕ ਹੈ, ਸੁਮਨ ਕੰਬਦੇ ਬੁੱਲਾਂ 'ਚੋਂ ਕੇਵਲ ਇੰਨਾ ਹੀ ਕਹਿ ਸਕੀ। ਅੰਗ 5 ਡਾਕਟਰ ਚੇਤਨ ਆਨੰਦ ਨੇ ਆਪਣੇ ਦਿਮਾਗ 'ਚ ਹੁੰਦੀ ਉਥਲ ਪੁਥਲ ਨੂੰ ਦੂਰ ਕਰਨ ਲਈ ਟੀਵੀ ਦੀ ਸਵਿੱਚ ਔਨ ਕੀਤੀ ਸੀ ਕਿ ਅਮਰ ਦੀ ਆਵਾਜ਼ ਕੰਨੀ ਪਈ, ਹਾਈ ਡੈਡ। ਅੱਗੋਂ ਡਾਕਟਰ ਚੇਤਨ ਆਨੰਦ ਹਲਕਾ ਜਿਹਾ ਮੁਸਕਰਾ ਪਿਆ। ਗੁੱਡ ਈਵਨਿੰਗ ਅੰਕਲ, ਡਾਕਟਰ ਅਮਰ ਨਾਲ ਆਈ ਇੱਕ ਲੜਕੀ ਨੇ ਕਿਹਾ, ਜਿਸ ਨੂੰ ਦੇਖ ਉਹਨੇ ਕੁਝ ਸੋਚਦੇ ਨੇ ਸਿਰਫ ਆਪਣਾ ਸਿਰ ਹਿਲਾ ਦਿੱਤਾ। ਆਖਿਰ ਚੰਗੀ ਤਰ੍ਹਾਂ ਪਹਿਚਾਨਣ ਵਾਲਾ ਚੇਤਨ ਅੰਕਲ ਇੰਜ ਕਰੇਗਾ ਉਹਨੂੰ ਭੋਰਾ ਵੀ ਉਮੀਦ ਨਹੀਂ ਸੀ। ਇੰਜ ਹੀ ਡਾਕਟਰ ਅਮਰ ਦੀ ਮਾਂ ਨੇ ਕੀਤਾ। ਸੁਮਨ ਤਾਂ ਆਪਣੇ ਪਿਤਾ ਦੇ ਨਾ ਮਿਲਣ ਕਾਰਨ ਪਹਿਲਾਂ ਹੀ ਪਰੇਸ਼ਾਨ ਸੀ, ਪਰ ਇਹਨਾਂ ਵੱਲੋਂ ਵੀ ਅਜਿਹਾ ਵਿਵਹਾਰ ਕਰਨ ਕਾਰਨ ਇਕੱਲੀ ਸੁਮਨ ਹੀ ਨਹੀਂ ਅਮਰ ਵੀ ਪਰੇਸ਼ਾਨ ਹੋ ਗਿਆ। ਉਹਨੇ ਇਹ ਕਹਿ ਕੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ ਕਿ ਡੈਡੀ ਦੇ ਅਪਹਰਨ ਤੋਂ ਬਾਅਦ ਇਹ ਸਾਰੇ ਅਜੀਬ ਜਿਹਾ ਸਲੂਕ ਕਰ ਰਹੇ ਨੇ। ਸੁਮਨ ਨੂੰ ਸੋਫੇ 'ਤੇ ਬਿਠਾ ਕੇ ਅਮਰ ਆਪ 2 ਕੱਪ ਕੌਫੀ ਬਣਾ ਲਿਆ ਆ। ਸੁਮਨ, ਅੰਕਲ ਦਾ ਤੂੰ ਘਰੋਂ ਪਤਾ ਕੀਤਾ? ਮੈਂ ਅੱਜ ਹੀ ਨਹੀਂ, ਜਦ ਇੰਡੀਆ ਆਉਣ ਦੀ ਸੀਟ ਬੁੱਕ ਕਰਾਈ ਹੈ ਉਸੇ ਦਿਨ ਤੋਂ ਹੀ ਡੈਡੀ ਦਾ ਫੋਨ ਨਾ ਲੱਗਣ ਕਾਰਨ ਗੁਆਂਢ ਵਾਲੇ ਅੰਕਲ ਤੋਂ ਬਾਰ ਬਾਰ ਪਤਾ ਕਰਦੀ ਰਹੀ ਹਾਂ। ਉਹਨਾਂ ਦਾ ਇਹੀ ਕਹਿਣਾ ਸੀ ਕਿ ਬੇਟਾ ਤੇਰੇ ਡੈਡੀ ਕਈ ਦਿਨਾਂ ਤੋਂ ਘਰ ਨਹੀਂ ਆਏ। ਮੈਂ ਆਪਣੇ ਆਉਣ ਦਾ ਸੁਨੇਹਾ ਡੈਡੀ ਨੂੰ ਦੇਣ ਲਈ ਕਹਿ ਕੇ ਗਿਆ ਕਿਹਾ ਸੀ ਕਿ ਉਹ ਮੇਰੇ ਨਾਲ ਫੋਨ 'ਤੇ ਗੱਲ ਕਰ ਲੈਣ, ਪਰ ਨਾ ਤਾਂ ਡੈਡੀ ਨਾਲ ਫੋਨ 'ਤੇ ਗੱਲ ਹੋਈ ਅਤੇ ਨਾ ਕੋਈ ਉਹਨਾਂ ਬਾਰੇ ਪਤਾ ਲੱਗਾ। ਸੁਮਨ ਨੇ ਖਾਲੀ ਕੱਪ ਟੇਬਲ 'ਤੇ ਰੱਖਦੀ ਨਹੀਂ ਕਿਹਾ, ਚੱਲ ਸੁਮਨ ਡੈਡੀ ਨਾਲ ਗੱਲ ਕਰਦੇ ਹਾਂ। ਅਮਰ ਨੇ ਖਾਲੀ ਕੱਪ ਉਠਾ ਕੇ ਇੱਕ ਪਾਸੇ ਰੱਖਦੇ ਨੇ ਕਿਹਾ, ਚਲੋ ਅਮਰ। ਫਿਰ ਦੋਵੇਂ ਜਣੇ ਡਾਕਟਰ ਚੇਤਨ ਆਨੰਦ ਦੇ ਕੋਲ ਪਹੁੰਚ ਗਏ। ਡੈਡੀ, ਇਹ ਸੁਮਨ, ਅਮਰ ਨੇ ਅੰਦਰ ਵੜਦੇ ਹੀ ਆਪਣੇ ਪਿਤਾ ਨੂੰ ਕਿਹਾ। ਕੌਣ? ਸੁਮਨ ਬੇਟਾ, ਉਹਨੇ ਜਿਵੇਂ ਪਛਾਣਿਆ ਹੀ ਨਾ ਹੋਵੇ। ਉਹ ਹੋ ਡੈਡੀ, ਸੁਮਨ ਨੂੰ ਨਹੀਂ ਪਛਾਣਿਆ? ਡਾਕਟਰ ਅਜੇ ਮਹਿਰਾ ਦੀ ਬੇਟੀ? ਅੱਛਾ ਅੱਛਾ, ਮਾਫ਼ ਕਰਨਾ ਬੇਟੀ, ਮੈਂ ਕੁਝ ਠੀਕ ਮਹਿਸੂਸ ਨਹੀਂ ਕਰ ਰਿਹਾ। ਹੋਰ ਕਿਵੇਂ ਹੋ ਬੇਟੀ? ਤੇਰੇ ਡੈਡੀ ਦਾ ਕੀ ਹਾਲ ਹੈ?
ठीक है अंकल, पर डैडी का कुछ पता नहीं लग रहा। सुमन होर परेशान हो उठी। इंज किवें हो सकता है, वो कोई बच्चे थोड़ी ने, किसी काम धंधे च फसे होणगे। डॉक्टर चेतन ने टीवी बंद करके कहा। पता नहीं अंकल, डैडी नाल 2 महीनों तो गलबात नहीं हुई। डैडी, जब सुमन की आखिरी बार अंकल नाल गल हुई सी, उन्हें कहा सी कि अमर हस्पताल च किसी महत्वपूर्ण रिसर्च ते काम कर रहे हैं, छेती सरप्राइज देंगे। हाँ अंकल, सुमन एक खास जी आस जी नाल इस गल की हामी भर दिती। वट? डॉक्टर चेतन चौंक पिया। ये की कह रहे हो बेटे, मेरे हस्पताल च दत्त साहब काम करन, मैनू ही पता नहीं? तुहानू तो कोई गलत फहमी हुई है, विशाल साहब ने कदे भी मेरे हस्पताल च काम नहीं किया। ये की कह रहे हो अंकल? सुमन की आवाज़ च परेशानी नाल कंबणी छिड़ गई सी। मैं सच कह रहा बेटी, पर डैडी ने तो कहा सी। दत्त साहब ने की कहा, क्यों कहा, यह तो मैं नहीं जानता। मेरे हस्पताल च इंपलॉइज डॉक्टरों की पूरी टीम का बायोडाटा ये रहा है। ये लगभग 25-30 सालों तो मेरी टीम के मैंबर हैं। डॉक्टर चेतन आनंद ने अपने लैपटॉप से एक लिस्ट डिस्प्ले कर अमर ते सुमन दे अगे कर दी। आस भरी नज़र से कंबदे हाथ नाल सुमन ने उन्हें चैक करना शुरू किया कि हो सकता इस लिस्ट च उहदे डैडी बारे भी कुछ पता लग जाए। सुमन की परेशानी वधदी जा रही सी। लैपटॉप दियां पूरियां फाइलां छाण मारियां, पर डॉक्टर विशाल दत्त का कोई पता ना लग्या। उसनू इहो गल सियोंक वांग खा रही सी कि जद डैडी ने अमर आनंद हस्पताल च काम करदा होण बारे कहा सी, फिर इस हस्पताल दे डॉक्टरां दी लिस्ट विच उहदा नाम क्यों नहीं? ਕਿਤੇ ਇਹ ਤਾਂ ਨਹੀਂ ਕਿ ਡੈਡੀ ਕਿਸੇ ਸਾਜਿਸ਼ ਦਾ ਸ਼ਿਕਾਰ ਹੋ ਗਏ? ਫਿਰ ਅਮਰ ਅਤੇ ਸੁਮਨ ਇਸੇ ਵਿਸ਼ੇ 'ਤੇ ਆਪਣੀ ਅਗਲੀ ਕਾਰਵਾਈ ਲਈ ਵਿਚਾਰ ਵਟਾਂਦਰਾ ਕਰਨ ਲੱਗੇ। 6 ਅੱਧੀ ਰਾਤ ਦਾ ਵਕਤ ਹੋਏਗਾ ਜਦੋਂ ਡਾਕਟਰ ਚੇਤਨ ਆਨੰਦ ਦੀ ਫੋਨ ਦੀ ਘੰਟੀ ਵੱਜ ਉੱਠੀ। ਉਹਨੇ ਕਾਹਲੀ ਕਾਹਲੀ ਫੋਨ ਰਿਸੀਵ ਕਰਦੇ ਨੇ ਹੌਲੀ ਕਿਹਾ, ਹੈਲੋ, ਕੀ ਹਾਲ ਹੈ ਮੇਰੇ ਪੁੱਤਰ? ਠੀਕ ਹਾਂ, ਬਸ ਇਸੇ ਤਰ੍ਹਾਂ ਕੁਝ ਸਮਾਂ ਹੋਰ ਆਪਣੇ ਕੰਮ ਨੂੰ ਬਾਖੂਬੀ ਕਰਦਾ ਰਹਿ। ਪਰ ਮੈਂ ਇੱਥੇ ਬਹੁਤ ਘੁੱਟਣ ਮਹਿਸੂਸ ਕਰ ਰਿਹਾ। ਮੈਂ ਜ਼ਿਆਦਾ ਦੇਰ ਇਹ ਸਭ ਕੁਝ ਨਹੀਂ ਕਰ ਸਕਦਾ। ਵੈਸੇ ਵੀ ਮੈਨੂੰ ਸਾਰੇ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦੇ ਨੇ। ਜੇ ਕਿਤੇ ਫਸ ਗਿਆ ਪਤਾ ਨਹੀਂ ਕੀ ਹੋਏਗਾ। ਅਜੇ ਮਹਿਰਾ ਨੂੰ ਫਾਂਸੀ ਹੋਣ ਵਾਲੀ ਹੈ। ਉਹਦੇ ਫਾਂਸੀ ਲੱਗਦਿਆਂ ਹੀ ਤੈਨੂੰ ਅਸਲੀ ਚੇਤਨ ਆਨੰਦ ਬਣਾ ਕੇ ਅਤੇ ਉਸ ਹਰਾਮਖੋਰ ਦੀ ਬ੍ਰੇਨ ਮੈਮਰੀ ਪੂਰੀ ਤਰ੍ਹਾਂ ਬੇਕਾਰ ਕਰ ਭੀਖ ਮੰਗਵਾਊਂਗਾ। ਉਹ ਵੀ ਅਮਰ ਹਸਪਤਾਲ ਦੇ ਸਾਹਮਣੇ। ਉਹਦੀ ਅਜਿਹੀ ਹਾਲਤ ਵੇਖ ਮੈਨੂੰ ਬਹੁਤ ਸਕੂਨ ਮਿਲੂ, ਬਹੁਤ ਸਕੂਨ। ਦੇਖਦਾ ਜਾਈ, ਜਦੋਂ ਆਪਣੇ ਬੇਕਸੂਰ ਜਿਗਰੀ ਦੋਸਤ ਨੂੰ ਫਾਂਸੀ ਚੜ੍ਹਦਾ ਦੇਖੇਗਾ ਬਹੁਤ ਫੜਫੜਾਏਗਾ। ਸ਼ਿਕਾਰੀ ਹੱਥ ਆਈ ਚਿੜੀਆ ਦੀ ਤਰ੍ਹਾਂ। ਫਿਰ ਅੱਗੋਂ ਉਹਦੇ ਹੱਸਣ ਦੀ ਆਵਾਜ਼ ਗੂੰਜੀ, ਸ਼ਾਇਦ ਕੋਈ ਆ ਰਿਹਾ। ਡਾਕਟਰ ਚੇਤਨ ਆਨੰਦ ਨੇ ਸ਼ੱਕ ਪ੍ਰਗਟਾਇਆ। ਓਕੇ ਮਾਈ ਸਨ, ਟੇਕ ਕੇਅਰ। ਫਿਰ ਅੱਗੇ ਤੋਂ ਫੋਨ ਕੱਟਿਆ ਗਿਆ। ਡਾਕਟਰ ਅਮਰ ਚੇਤਨ ਅਤੇ ਸੁਮਨ ਇੱਕ ਤੋਂ ਬਾਅਦ ਇੱਕ ਨਵੀਆਂ ਉਲਝਣਾਂ 'ਚ ਫਸਦੇ ਜਾ ਰਹੇ ਸਨ। ਉਹਨਾਂ ਨੂੰ ਲੱਖ ਕੋਸ਼ਿਸ਼ਾਂ ਬਾਅਦ ਵੀ ਜਦ ਡਾਕਟਰ ਵਿਸ਼ਾਲ ਦੱਤ ਦਾ ਪਤਾ ਨਾ ਲੱਗਿਆ, ਥੱਕ ਹਾਰ ਕੇ ਉਹਨਾਂ ਨੇ ਪੁਲਿਸ ਸਟੇਸ਼ਨ ਸ਼ਿਕਾਇਤ ਦਰਜ ਕਰਵਾ ਦਿੱਤੀ। ਜਦ ਉਹ ਘਰ ਵਾਪਸ ਪਹੁੰਚੇ ਤਾਂ ਰਾਤ ਦੇ 10 ਵੱਜ ਚੁੱਕੇ ਸਨ। ਅੱਜ ਉਹ ਆਪਣੇ ਮਨ ਅੰਦਰ ਉਪਜੇ ਸ਼ੱਕ ਨੂੰ ਦੂਰ ਕਰ ਲੈਣਾ ਚਾਹੁੰਦੇ ਸਨ। ਸਭ ਕੰਮ ਪਲੈਨਿੰਗ ਮੁਤਾਬਕ ਹੋ ਰਿਹਾ ਸੀ। ਅਮਰ ਨੇ ਹੌਲੀ ਜਿਹੇ ਆਪਣੇ ਪਿਤਾ ਦਾ ਰੂਮ ਖੋਲ੍ਹਿਆ। ਉਹ ਘੂਕ ਸੁੱਤੇ ਪਏ ਸਨ। ਡਾਕਟਰ ਅਮਰ ਦੇ ਚਿਹਰੇ 'ਤੇ ਇੱਕ ਭੇਦ ਭਰੀ ਮੁਸਕਾਨ ਫੈਲ ਗਈ ਸੀ। ਅਮਰ ਅਤੇ ਸੁਮਨ ਜਦ ਮਾਂ ਦੇ ਰੂਮ 'ਚ ਪਹੁੰਚੇ, ਅਮਰ ਦੀ ਮਾਂ ਚੇਅਰ 'ਤੇ ਬੈਠੀ ਟਿਕਟਿਕੇ ਲਗਾ ਕੇ ਕਮਰੇ ਦੀ ਛੱਤ ਵੱਲ ਵੇਖ ਰਹੀ ਸੀ। ਮਾਂ, ਮਾਂ! ਅਮਰ ਦੇ ਬੁਲਾਉਣ 'ਤੇ ਉਹਨੇ ਇੱਕ ਨਜ਼ਰ ਆਪਣੇ ਬੇਟੇ ਵੱਲ ਮਾਰ ਪਹਿਲਾਂ ਦੀ ਤਰ੍ਹਾਂ ਹੀ ਬੈਠ ਗਈ। ਸੁਮਨ, ਮਾਂ ਨੂੰ ਸਹਾਰਾ ਦਿਓ, ਹਰਿਆ। ਅਗਲੇ ਪਲ ਅਮਰ ਆਪਣੀ ਮਾਂ ਨੂੰ ਗੱਡੀ 'ਚ ਬਿਠਾ ਆਪਣੇ ਹਸਪਤਾਲ ਵੱਲ ਰਵਾਨਾ ਹੋ ਚੁੱਕਾ ਸੀ। ਮੁਸ਼ਕਿਲ ਨਾਲ 20 ਮਿੰਟ ਬਾਅਦ ਉਹ ਹਸਪਤਾਲ ਪਹੁੰਚ ਗਏ ਸਨ। ਅੱਗੇ ਹਸਪਤਾਲ ਦੇ 4-5 ਕਰਮਚਾਰੀ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ। ਡਾਕਟਰ ਅਮਰ ਨੇ ਉਹਨਾਂ ਨੂੰ ਮਾਂ ਨੂੰ ਬ੍ਰੇਨ ਲੈਬ 'ਚ ਲਿਆਉਣ ਲਈ ਕਹਿ ਕੇ ਆਪ ਸੁਮਨ ਸਮੇਤ ਬ੍ਰੇਨ ਦੇ ਸਪੈਸ਼ਲਿਸਟ ਡਾਕਟਰ AK ਮਲਹੋਤਰਾ ਨੂੰ ਆ ਮਿਲਿਆ। ਸਰ, ਪੂਰੇ ਲੈਬ ਦੀਆਂ CDs ਛਾਣ ਮਾਰੀਆਂ, ਪਰ ਮਾਤਾ ਜੀ ਦੇ ਨਾਂ ਦੀ ਕੋਈ CD ਨਹੀਂ ਮਿਲੀ। ਜਿਸ ਵੀ ਆਦਮੀ ਦਾ ਬ੍ਰੇਨ ਕਾਪੀ ਹੁੰਦਾ ਉਹਦੀ CD 'ਤੇ ਉਸ ਸੰਬੰਧੀ ਪੂਰੀ ਜਾਣਕਾਰੀ ਅੰਕਿਤ ਹੁੰਦੀ ਹੈ। ਸਰ, 3 CD ਅਜਿਹੀਆਂ ਹਨ ਜਿਨ੍ਹਾਂ ਨੂੰ ਕੋਈ ਗੁਪਤ ਕੋਡ ਦੇ ਕੇ ਬਿਨਾਂ ਕਿਸੇ ਜਾਣਕਾਰੀ ਅੰਕਿਤ ਕੀਤੀਆਂ ਰੱਖੀਆਂ ਗਈਆਂ ਹਨ। ਉਹਨੇ ਉਹ 3 CD ਡਾਕਟਰ ਅਮਰ ਨੂੰ ਦਿੰਦਿਆਂ ਕਿਹਾ।
ਅਮਰ ਤੇ ਸੁਮਨ ਨੇ ਕੁਝ ਸੋਚਦੇ ਉਹਨਾਂ ਸੀਡੀਆਂ ਦੇ ਕੋਡ ਵਰਡ ਸੁਲਝਾਉਣੇ ਸ਼ੁਰੂ ਕਰ ਦਿੱਤੇ, ਪਰ ਕੋਡ ਦਾ ਪਤਾ ਨਾ ਲੱਗਿਆ। ਅਮਰ, ਜ਼ਿਆਦਾਤਰ ਲੋਕ ਕੋਡ ਆਪਣੀ ਜਨਮ ਤਰੀਕ ਜਾਂ ਫਿਰ ਮੈਰਿਜ ਐਨਵਰਸਰੀ ਉੱਪਰ ਰੱਖਦੇ ਹਨ, ਸੁਮਨ ਨੇ ਕਿਹਾ। ਅਮਰ ਨੇ ਝੱਟ ਮਾਂ ਦੀ ਜਨਮ ਡੇਟ ਤੇ ਮੈਰਿਜ ਤਰੀਕ ਲੱਗਾ ਕੋਡ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਪਰ ਨਤੀਜਾ ਜ਼ੀਰੋ ਹੀ ਰਿਹਾ। ਇੰਨੇ ਚਿਰ ਨੂੰ ਹਸਪਤਾਲ ਦੇ ਕਰਮਚਾਰੀ ਅਮਰ ਦੀ ਮਾਂ ਨੂੰ ਲੈਬ 'ਚ ਲੈ ਆਏ। ਡਾਕਟਰ ਮਲਹੋਤਰਾ ਨੇ ਉਹਨੂੰ ਇੱਕ ਖਾਸ ਕਿਸਮ ਦੀ ਚੇਅਰ 'ਤੇ ਬਿਠਾ ਦਿੱਤਾ। ਅਮਰ ਦੇ ਮੂੰਹੋਂ ਨਿਕਲਿਆ, ਓ ਆਈ ਸੀ। 3 ਮਤਲਬ 3, ਅੰਗਰੇਜ਼ੀ ਦਾ ਤੀਸਰਾ ਅੱਖਰ ਜਾਣੀ ਸੀ ਡੀ, ਮਤਲਬ ਅੰਗਰੇਜ਼ੀ ਦਾ ਚੌਥਾ ਅੱਖਰ ਡੀ, ਪੂਰਾ ਨਾਂ ਚਾਂਦਨੀ ਦੇਵੀ, ਮਾਂ ਦਾ ਨਾਂ ਚਾਂਦਨੀ ਦੇਵੀ। ਇਸੇ ਤਰ੍ਹਾਂ ਜਦ ਬਾਕੀ ਦੇ ਕੋਡ ਵਰਡ ਵੀ ਸਮਝ ਆ ਗਏ ਤਾਂ ਡਾਕਟਰ ਅਮਰ ਜਿਵੇਂ ਚੌਂਕ ਪਿਆ ਸੀ। ਕੀ ਹੋਇਆ ਸਰ? ਡਾਕਟਰ ਮਲਹੋਤਰਾ ਨੇ ਅਮਰ ਦਾ ਚਿਹਰਾ ਦੇਖ ਕੇ ਕਿਹਾ, ਮਤਲਬ ਆਪਣਾ ਸ਼ੱਕ ਸਹੀ ਸੀ, ਕਿਸੇ ਨੇ ਮਾਂ ਬਾਪ ਦੀ ਬ੍ਰੇਨ ਮੈਮਰੀ ਨਾਲ ਛੇੜਛਾੜ ਕੀਤੀ ਹੈ। ਵਾਟ? ਡਾਕਟਰ ਸੁਮਨ ਅਤੇ ਮਲਹੋਤਰਾ ਨੇ ਇੱਕੋ ਸੁਰ 'ਚ ਕਿਹਾ। ਹਾਂ ਸੁਮਨ, ਹੋਰ ਦੇਰ ਨਾ ਕਰੋ, ਮਲਹੋਤਰਾ ਆਪਣਾ ਕੰਮ ਸ਼ੁਰੂ ਕਰੋ। ਜੀ ਸਰ, ਕਹਿੰਦੇ ਮਲਹੋਤਰੇ ਨੇ ਅਗਲੇ ਪਲ ਅਮਰ ਦੀ ਮਾਂ ਦਾ ਬ੍ਰੇਨ ਇੱਕ ਖਾਸ ਕਿਸਮ ਦੇ ਹੈਲਮੇਟ ਰਾਹੀਂ ਕੰਪਿਊਟਰ ਨਾਲ ਜੋੜ ਦਿੱਤਾ। ਸਕਰੀਨ 'ਤੇ ਹੋਏ ਬ੍ਰੇਨ ਮੈਮਰੀ ਡਿਸਪਲੇ ਨੂੰ ਦੇਖ ਇੱਕ ਥਾਂ 'ਤੇ ਉਹਦੀ ਨਜ਼ਰ ਜੰਮ ਗਈ। ਕੀ ਹੋਇਆ ਸਰ? ਸੁਮਨ ਬੋਲੀ, ਮੈਡਮ, ਮਾਤਾ ਜੀ ਦੀ ਬ੍ਰੇਨ ਮੈਮਰੀ ਨਾਲ ਕਿਸੇ ਨੇ ਛੇੜਛਾੜ ਕੀਤੀ ਹੈ। ਵਾਟ? ਅਮਰ ਅਤੇ ਸੁਮਨ ਨੇ ਇੱਕੋ ਸੁਰ 'ਚ ਕਿਹਾ। ਕਿਸ ਨੇ ਔਰ ਕਿਉਂ? ਪਤਾ ਨਹੀਂ ਸਰ। ਠੀਕ ਹੈ ਮਲਹੋਤਰਾ, ਫਿਲਹਾਲ ਆਪ ਬ੍ਰੇਨ ਮੈਮਰੀ ਠੀਕ ਕਰੋ। ਜੀ ਸਰ, ਕਹਿੰਦੇ ਮਲਹੋਤਰੇ ਦੀਆਂ ਉਂਗਲਾਂ ਕੀਬੋਰਡ 'ਤੇ ਦੌੜ ਰਹੀਆਂ ਸਨ। ਠੀਕ 1 ਘੰਟੇ ਬਾਅਦ ਕੰਪਿਊਟਰ ਨੇ ਓਕੇ ਮੈਮਰੀ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ। ਸਾਰੀ ਕਾਰਵਾਈ ਤੋਂ ਬਾਅਦ ਜਿਉਂ ਹੀ ਮਾਂ ਦੇ ਸਿਰੋਂ ਹੈਲਮੇਟ ਉਤਾਰਿਆ, ਚਾਂਦਨੀ ਦੇਵੀ ਜਿਵੇਂ ਨੀਂਦ ਤੋਂ ਜਾਗੀ ਹੋਵੇ। ਸਭ ਕੁਝ ਠੀਕ ਕਰਦੇ ਮਲਹੋਤਰੇ ਦੇ ਚਿਹਰੇ 'ਤੇ ਕੋਈ ਜ਼ਹਿਰੀਲੀ ਮੁਸਕਾਨ ਫੈਲ ਗਈ ਸੀ। ਕੀ ਹੋਇਆ ਬੇਟੇ? ਇਹ ਸਭ ਕੀ ਹੈ ਬੇਟੇ? ਸੁਮਨ, ਤੂੰ ਕਦ ਆਈ? ਮਾਂ ਨੇ ਅਚਾਨਕ ਢੇਰਾਂ ਸਵਾਲ ਕਰ ਦਿੱਤੇ। ਥੈਂਕਸ ਗੋਡ, ਅਮਰ ਦੀਆਂ ਅੱਖਾਂ ਭਰ ਆਈਆਂ ਸਨ। ਫਿਰ ਉਹਨੇ ਡਾਕਟਰ ਮਲਹੋਤਰੇ ਨੂੰ ਲੈਬ 'ਚੋਂ ਬਾਹਰ ਭੇਜ ਕੇ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ ਅਤੇ ਇਹ ਵੀ ਸਮਝਾ ਦਿੱਤਾ ਕਿ ਉਹ ਫਿਲਹਾਲ ਉਸੇ ਸਥਿਤੀ ਵਿੱਚ ਹੀ ਰਹੇ। ਅਮਰ ਦੀ ਮਾਂ ਜਿਵੇਂ ਕੁਰਲਾ ਉੱਠੀ, ਇਹ ਸਭ ਕੌਣ ਕਰ ਰਿਹਾ ਬੇਟੇ? ਤਾਂ ਤੇਰੇ ਪਿਤਾ ਜੀ ਕਿਵੇਂ ਨੇ? ਉਹ ਪਰੇਸ਼ਾਨ ਹੋ ਉੱਠੀ ਸੀ। ਉਹ ਬਿਲਕੁਲ ਠੀਕ ਠਾਕ ਨੇ ਮਾਂ, ਪਰ ਤੂੰ ਡੈਡੀ ਨਾਲ ਵੀ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਕਰਨੀ। ਕਦੇ ਅਜਿਹਾ ਨਾ ਹੋਵੇ ਕਿ ਕਿਸੇ ਸਾਰੀ ਕਿ ਕਹਾਣੀ ਵਿਗੜ ਜਾਏ। ਕੁਝ ਸੋਚਦੀ ਉਹਦੀ ਮਾਂ ਨੇ ਹਾਂ 'ਚ ਸਿਰ ਹਿਲਾ ਦਿੱਤਾ। ਅਮਰ ਅਤੇ ਸੁਮਨ ਮਾਂ ਨੂੰ ਲੈ ਕੇ ਜਲਦੀ ਜਲਦੀ ਘਰ ਪਹੁੰਚ ਗਏ ਸਨ। ਆਪਣੇ ਡੈਡੀ ਨੂੰ ਘੂਕ ਸੁੱਤਾ ਵੇਖ ਅਮਰ ਦੇ ਚਿਹਰੇ 'ਤੇ ਜਿਵੇਂ ਜੇਤੂ ਮੁਸਕਾਨ ਖਿਲਰ ਗਈ ਸੀ, ਉੱਧਰ ਲੈਬ 'ਚ ਬੈਠਾ ਏ ਕੇ ਮਲਹੋਤਰਾ ਰਹੱਸਮਈ ਮੁਸਕਾਨ ਬਖੇਰ ਰਿਹਾ ਸੀ। ਅੰਗ 8 ਫਾਂਸੀ ਕੋਠੀਆਂ 'ਚ ਬੰਦ ਮੁਜਰਮਾਂ ਨੂੰ ਮਿਲਣ ਦੀ ਭਾਵੇਂ ਸਖ਼ਤ ਮਨਾਹੀ ਸੀ, ਪਰ ਅਮਰ ਦੇ ਵਕੀਲ ਨੇ ਕਾਫ਼ੀ ਦੌੜ ਭੱਜ ਕਰਕੇ ਮਹਿਜ਼ 5 ਮਿੰਟਾਂ ਦੀ ਮੁਲਾਕਾਤ ਦਾ ਪ੍ਰਬੰਧ ਕਰਵਾ ਦਿੱਤਾ। ਅਮਰ ਅਤੇ ਸੁਮਨ ਆਪਣੇ ਵਕੀਲ ਅਤੇ ਜੇਲਰ ਨਾਲ ਮੁਰਦਾ ਚੋਰ ਦੀ ਕੋਠੀ ਸਾਹਮਣੇ ਪਹੁੰਚ ਚੁੱਕੇ ਸਨ। ਪੈਰੀਂ ਪਾਈਆਂ ਬੇੜੀਆਂ ਨੂੰ ਤੋੜਨ ਦਾ ਯਤਨ ਕਰਦਾ ਉਹ ਕਿਸੇ ਭਿਆਨਕ ਗੁਰੀਲੇ ਦੀ ਤਰ੍ਹਾਂ ਗੁਰਰਾ ਉੱਠਿਆ ਕਿ ਬਾਕੀ ਦੀਆਂ ਫਾਂਸੀ ਕੋਠੀਆਂ ਦੀ ਗੂੰਜਣ ਲੱਗ ਪਈਆਂ। ਸੁਮਨ ਉਹਦਾ ਪਾਗਲਾਂ ਵਾਲਾ ਰੂਪ ਅਤੇ ਗਰਜਣਾ ਵੇਖ ਸੁਣ ਇੰਨੀ ਡਰ ਗਈ ਕਿ ਅਮਰ ਨਾਲ ਲਿਪਟ ਗਈ। ਅਮਰ ਉਹਦਾ ਹੌਸਲਾ ਵਧਾਉਂਦਾ ਬੋਲਿਆ, ਸੁਮਨ ਰਿਲੈਕਸ, ਉਹਦੇ ਬੇੜੀਆਂ ਪਾਈਆਂ ਹਨ ਅਤੇ ਉਹ ਕਮਰੇ ਅੰਦਰ ਬੰਦ ਹੈ, ਡਰਨ ਦੀ ਲੋੜ ਨਹੀਂ, ਵਕਤ ਥੋੜ੍ਹਾ, ਜਿਸ ਕੰਮ ਲਈ ਆਏ ਹਾਂ ਜਲਦੀ ਜਲਦੀ ਕਰੋ। ਆਪਣੇ ਖੁਸ਼ਕ ਗਲੇ ਨੂੰ ਥੁੱਕ ਨਾਲ ਤਰ ਕਰਦੀ ਸੁਮਨ ਨੇ ਓਕੇ ਕਹਿੰਦੇ ਆਪਣੇ ਕੰਬਦੇ ਹੱਥਾਂ ਨਾਲ ਆਪਣਾ ਕੈਮਰਾ ਸੰਭਾਲ ਲਿਆ। ਫਿਰ ਉਹ ਮੁਜਰਮ ਦੀਆਂ ਵੱਖ ਵੱਖ ਐਂਗਲਾਂ ਤੋਂ ਫੋਟੋਆਂ ਖਿੱਚਣ ਲੱਗ ਪਈ। ਫਿੰਗਰ ਪ੍ਰਿੰਟ ਹਾਸਲ ਕਰਨ ਲਈ ਅਮਰ ਨੇ ਬੜੀ ਮੁਸ਼ਕਲ ਨਾਲ ਆਪਣੇ ਨਾਲ ਲਿਆਂਦੀ ਸੋਡੇ ਦੀ ਬੋਤਲ ਮੁਜਰਮ ਦੇ ਹੱਥਾਂ 'ਚ ਦਿੱਤੀ। ਇੱਕ ਵਾਰ ਤਾਂ ਉਹਨੇ ਫੜ ਲਈ, ਫਿਰ ਪਤਾ ਨਹੀਂ ਕੀ ਸੋਚ ਕੇ ਬੋਤਲ ਉੱਤੋਂ ਇੰਜ ਹੱਥ ਹਟਾ ਲਿਆ ਜਿਵੇਂ ਉਹਨੇ ਬੋਤਲ ਨਹੀਂ ਕੋਈ ਸੱਪ ਫੜ ਲਿਆ ਹੋਵੇ। ਖੈਰ ਅਮਰ ਉਹਦੇ ਹੱਥਾਂ ਦੇ ਨਿਸ਼ਾਨ ਲੈਣ 'ਚ ਸਫਲ ਹੋ ਚੁੱਕਾ ਸੀ। ਅਚਾਨਕ ਜੇਲ੍ਹ ਵਾਰਡਨ ਦੀ ਆਵਾਜ਼ ਗੂੰਜੀ, ਚਲੋ ਮੁਲਾਕਾਤ ਦਾ ਵਕਤ ਖਤਮ ਹੋ ਗਿਆ। ਜੱਜੀ, ਕਹਿੰਦੇ ਅਮਰ ਅਤੇ ਸੁਮਨ ਫੋਟੋਆਂ ਦੇ ਅਤੇ ਫਿੰਗਰ ਪ੍ਰਿੰਟ ਹਾਸਲ ਕਰਕੇ ਤੁਰ ਪਏ। ਬਹੁਤ ਬਹੁਤ ਸ਼ੁਕਰੀਆ ਜੇਲਰ ਸਾਹਿਬ। ਕੋਈ ਗੱਲ ਨਹੀਂ ਡਾਕਟਰ ਸਾਹਿਬ, ਵੈਸੇ ਮੈਂ ਪੁੱਛ ਸਕਦਾ ਕਿ ਜਿਸ ਆਦਮੀ ਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ ਉਹਦੀਆਂ ਫੋਟੋਆਂ ਦੇ ਫਿੰਗਰ ਪ੍ਰਿੰਟ ਲੈ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ? ਕੁਝ ਪਲ ਸੋਚ ਕੇ, ਸਰ ਇਸ ਵਕਤ ਤਾਂ ਕੁਝ ਨਹੀਂ ਕਹਿ ਸਕਦੇ, ਪਰ ਅਸੀਂ ਕੁਝ ਆਪਣੇ ਸ਼ੱਕ ਦੂਰ ਕਰਨ ਲਈ ਇਹ ਸਭ ਜ਼ਰੂਰੀ ਸੀ। ਕਿਹੜੇ ਸ਼ੱਕ? ਜੇਲਰ ਨੇ ਆਪਣੇ ਹੱਥ 'ਚ ਫੜੀ ਸਟਿੱਕ ਨੂੰ ਨਚਾਉਂਦਿਆਂ ਕਿਹਾ, ਸਰ ਅਜੇ ਕੁਝ ਵੀ ਕਹਿਣਾ ਗਲਤ ਹੋਏਗਾ। ਹਾਂ, ਅਸੀਂ ਆਪਣਾ ਸ਼ੱਕ ਬਹੁਤ ਜਲਦੀ ਤੁਹਾਨੂੰ ਦੱਸ ਦਾਂਗੇ। ਠੀਕ ਹੈ, ਕਹਿੰਦੇ ਜੇਲਰ ਨੇ ਅੱਗੇ ਕਦਮ ਪੁੱਟ ਲਿਆ। ਥੈਂਕ ਯੂ ਵੈਰੀ ਮੱਚ ਸਰ,
ਕਹਿੰਦਿਆਂ ਅਮਰ ਤੇ ਸੁਮਨ ਆਪਣੇ ਵਕੀਲ ਨੂੰ ਨਾਲ ਲੈ ਕੇ ਜੇਲ੍ਹ ਚੋਂ ਬਾਹਰ ਨਿਕਲ ਗਏ। ਡਾਕਟਰ ਸਾਹਿਬ, ਮੇਰੇ ਕੋਲੋਂ ਕਿਉਂ ਛੁਪਾ ਰਹੇ ਹੋ? ਮੈਂ ਤਾਂ ਤੁਹਾਡਾ ਵਕੀਲ ਹਾਂ, ਹਰ ਛੋਟੀ ਮੋਟੀ ਜਾਣਕਾਰੀ ਵੀ ਮੇਰੇ ਲਈ ਅਹਿਮ ਹੈ। ਮੁਸਕਰਾਉਂਦੇ ਅਮਰ ਨੇ ਕਿਹਾ, ਬਿਲਕੁਲ ਠੀਕ ਕਹਿ ਰਹੇ ਹੋ ਵਕੀਲ ਸਾਹਿਬ, ਪਰ ਅਸੀਂ ਕੁਛ ਆਪਣੇ ਤੌਰ 'ਤੇ ਜਾਂਚ ਕਰਕੇ ਤੁਹਾਨੂੰ ਦੱਸਾਂਗੇ, ਕਿਉਂਕਿ ਮਾਮਲਾ ਹੀ ਕੁਝ ਅਜਿਹਾ ਹੈ। ਠੀਕ ਹੈ ਅਮਰ ਸਾਹਿਬ, ਤੁਹਾਡੀ ਮਰਜ਼ੀ। ਨਿਰਾਸ਼ ਜਿਹਾ ਹੋ ਕੇ ਕਹਿੰਦਿਆਂ ਵਕੀਲ ਕੋਰਟ ਵੱਲ ਚੱਲ ਪਿਆ, ਸੁਮਨ ਅਤੇ ਅਮਰ ਆਪਣੇ ਘਰ ਵੱਲ। ਅੰਗ 9 ਸੁਮਨ ਦੀਆਂ ਉਂਗਲਾਂ ਕੰਪਿਊਟਰ ਦੇ ਕੀਬੋਰਡ 'ਤੇ ਬਿਜਲੀ ਜਿਹੀ ਤੇਜ਼ੀ ਨਾਲ ਨੱਚ ਰਹੀਆਂ ਸਨ। ਉਹ ਮੁਰਦਾ ਚੋਰ ਮੁਜਰਮ ਦੀਆਂ ਵੱਖ ਵੱਖ ਰੂਪਾਂ 'ਚ ਫੋਟੋਆਂ ਬਣਾ ਰਹੀ ਸੀ। ਕੁਝ ਪਤਾ ਲੱਗਾ? ਅਮਰ ਦੀ ਬੇਸਬਰੀ ਦਾ ਬੰਨ ਟੁੱਟਣ ਲੱਗਾ ਸੀ। ਅਜੇ ਤਾਂ ਨਹੀਂ, ਕਹਿੰਦੀ ਸੁਮਨ ਨੇ ਆਪਣੇ ਪਰਸ 'ਚੋਂ ਆਪਣੇ ਡੈਡੀ ਦੀ ਪੁਰਾਣੀ ਫੋਟੋ ਕੱਢਦੀ ਨੇ ਕਿਹਾ। ਪਲੀਜ਼ ਜਲਦੀ ਕਰੋ, ਫਿੰਗਰ ਪ੍ਰਿੰਟ ਦੀ ਰਿਪੋਰਟ ਨਹੀਂ ਆਈ। ਅਜੇ ਸੁਮਨ ਨੇ ਕਿਹਾ ਹੀ ਸੀ ਕਿ ਫੈਕਸ ਆ ਗਿਆ। ਲਓ ਸੁਮਨ ਆ ਗਈ ਰਿਪੋਰਟ। ਕਹਿੰਦੇ ਅਮਰ ਤੇਜ਼ੀ ਨਾਲ ਫੈਕਸ ਮਸ਼ੀਨ ਕੋਲ ਪਹੁੰਚ ਚੁੱਕਾ ਸੀ। ਸੁਮਨ ਨੇ ਵੀ ਆਪਣਾ ਕੰਮ ਅਧੂਰਾ ਛੱਡ ਫਿੰਗਰ ਪ੍ਰਿੰਟ ਦੀ ਰਿਪੋਰਟ ਦੇਖਣ ਲਈ ਅਮਰ ਦੇ ਹੱਥ ਫੜੇ। ਫੈਕਸ ਨੂੰ ਵੇਖਣ ਲਈ ਬੇਕਰਾਰ ਸੀ। ਕੀ ਹੋਇਆ? ਸੁਮਨ ਨੇ ਅਮਰ ਦਾ ਚਿਹਰਾ ਵੇਖ ਕੇ ਕਿਹਾ, ਸੁਮਨ, ਫਿੰਗਰ 'ਤੇ ਦੇ ਨਿਸ਼ਾਨ ਹੈ ਹੀ ਨਹੀਂ। ਅਮਰ ਨੇ ਫੈਕਸ ਸੁਮਨ ਵੱਲ ਵਧਾਉਂਦੇ ਨੇ ਕਿਹਾ, ਇਹ ਕਿਵੇਂ ਹੋ ਸਕਦਾ? ਸੁਮਨ ਨੇ ਫੈਕਸ 'ਤੇ ਨਜ਼ਰ ਮਾਰਦੀ ਨੇ ਕਿਹਾ, ਮੈਂ ਲੈਬ ਵਿੱਚੋਂ ਪਤਾ ਕਰਦਾ। ਕਹਿ ਕੇ ਅਮਰ ਨੇ ਕੋਈ ਨੰਬਰ ਡਾਇਲ ਕਰ ਦਿੱਤਾ। ਕੁਝ ਸੈਕਿੰਡ ਬਾਅਦ ਅੱਗੋਂ ਆਵਾਜ਼ ਆਈ, ਫੋਰੈਂਸਿਕ ਲੈਬ। ਹੈਲੋ, ਮੈਂ ਡਾਕਟਰ ਅਮਰ ਬੋਲ ਰਿਹਾ। ਹਾਂ ਅਮਰ ਸਾਹਿਬ, ਤੁਹਾਡਾ ਫੈਕਸ ਮੈਨੂੰ ਮਿਲ ਗਿਆ, ਪਰ ਉਸ ਉੱਪਰ ਤਾਂ ਉਂਗਲਾਂ ਦੇ ਨਿਸ਼ਾਨ ਹੀ ਨਹੀਂ, ਜਦਕਿ ਮੈਂ ਖੁਦ ਮੁਜਰਮ ਦੇ ਫਿੰਗਰ ਪ੍ਰਿੰਟ ਲੈ ਕੇ ਆਇਆ। ਤੁਸੀਂ ਠੀਕ ਕਹਿੰਦੇ ਡਾਕਟਰ ਸਾਹਿਬ, ਅਸਲ 'ਚ ਉਹਦੀਆਂ ਉਂਗਲਾਂ ਦੇ ਨਿਸ਼ਾਨ ਹੈ ਹੀ ਨਹੀਂ। ਵਟ? ਅਮਰ ਨੇ ਹੈਰਾਨ ਹੁੰਦਿਆਂ ਕਿਹਾ, ਹਾਂ ਡਾਕਟਰ ਸਾਹਿਬ, ਇੰਝ ਲੱਗਦਾ ਜਿਵੇਂ ਕਿਸੇ ਐਸਿਡ ਜਾਂ ਕਿਸੇ ਹੋਰ ਕੈਮੀਕਲ ਨਾਲ ਉਹਦੇ ਹੱਥਾਂ ਤੋਂ ਪੱਕੇ ਤੌਰ 'ਤੇ ਫਿੰਗਰ ਪ੍ਰਿੰਟ ਮਿਟਾਏ ਹੋਣ। ਦੂਸਰੀ ਵਾਰ ਚੌਂਕ ਪਿਆ ਸੀ ਡਾਕਟਰ ਅਮਰ, ਇਹ ਕਿਵੇਂ ਹੋ ਸਕਦਾ? ਅਮਰ ਨੇ ਹੈਰਾਨ ਹੁੰਦਿਆਂ ਕਿਹਾ, ਇਹੀ ਸੱਚ ਹੈ ਅਮਰ ਸਾਹਿਬ। ਫਿਰ ਅੱਗੋਂ ਬਿਨਾਂ ਕੁਝ ਸੁਣੇ ਅਮਰ ਨੇ ਫੋਨ ਦਾ ਰਿਸੀਵਰ ਹੇਠਾਂ ਰੱਖ ਦਿੱਤਾ। ਕੀ ਹੋਇਆ ਅਮਰ? ਸੁਮਨ ਦੀ ਆਵਾਜ਼ 'ਚ ਘਬਰਾਹਟ ਸੀ। ਅਮਰ ਨੇ ਲੈਬ 'ਚ ਹੋਈ ਗੱਲ ਬਾਰੇ ਜਦ ਸੁਮਨ ਨੂੰ ਦੱਸਿਆ, ਉਹ ਚੌਂਕ ਪਈ। ਉਹਦੀਆਂ ਅੱਖਾਂ ਜਿਵੇਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਉਹਨੂੰ ਆਪਣਾ ਦਮ ਘੁੱਟਦਾ ਪ੍ਰਤੀਤ ਹੋ ਰਿਹਾ ਸੀ। ਇਸ ਸਿਲਸਿਲੇ 'ਚ ਨਿੱਤ ਨਵੇਂ ਨਿਕਲਦੇ ਰਾਜ਼ ਕਿਸੇ ਗਹਿਰੇ ਖੌਫਨਾਕ ਚੱਕਰ ਵਿਊ ਵੱਲ ਇਸ਼ਾਰਾ ਕਰ ਰਹੇ ਸਨ ਕਿ ਕੌਣ ਹੈ ਇਹਦਾ ਰਚੇਤਾ। ਸੁਮਨ ਫਾਂਸੀ ਦੇ ਫੰਦੇ 'ਤੇ ਲਟਕਣ ਜਾ ਰਿਹਾ ਇੱਕ ਬਾਲੀਆ ਬਿਆਨ ਦੇ ਚੁੱਕਾ ਮੁਜਰਮ ਆਖਰ ਆਪਣੇ ਹੱਥਾਂ ਦੇ ਫਿੰਗਰ ਪ੍ਰਿੰਟ ਕਿਉਂ ਨਸ਼ਟ ਕਰੇਗਾ? ਮੇਰੇ ਤਾਂ ਕੁਝ ਸਮਝ ਨਹੀਂ ਆ ਰਿਹਾ ਅਮਰ। ਸੁਮਨ ਫਿਰ ਸਿਰ ਫੜ ਕੇ ਬੈਠ ਗਈ। ਮੈਨੂੰ ਲੱਗਦਾ ਸੁਮਨ ਕਿ ਕੋਈ ਹੈ ਜੋ ਸਾਡੀ ਹਰ ਹਰਕਤ 'ਤੇ ਨਜ਼ਰ ਰੱਖ ਰਿਹਾ ਹੈ। ਉਹ ਕੀ ਹਾਸਲ ਕਰਨਾ ਚਾਹੁੰਦਾ ਪਤਾ ਨਹੀਂ, ਹੁਣ ਤਾਂ ਮੈਨੂੰ ਪਤਾ ਨਹੀਂ ਕਿਉਂ ਕਿਸੇ 'ਤੇ ਯਕੀਨ ਨਹੀਂ ਰਿਹਾ। ਮੈਨੂੰ ਬਹੁਤ ਡਰ ਲੱਗ ਰਿਹਾ ਅਮਰ, ਕਹਿੰਦੀ ਸੁਮਨ ਨੇ ਅਮਰ ਦਾ ਹੱਥ ਫੜ ਲਿਆ। ਹੌਸਲਾ ਰੱਖ ਸੁਮਨ, ਸੱਚਾਈ ਦਾ ਸੂਰਜ ਕਦੇ ਨਹੀਂ ਛਿਪਦਾ। ਹਾਂ, ਕੁਛ ਦੇਰ ਲਈ ਉਹ ਬੁਰਾਈ ਦੇ ਬੱਦਲਾਂ ਹੇਠ ਜ਼ਰੂਰ ਆ ਜਾਂਦਾ ਹੈ। ਕੀ ਹੋਇਆ ਬੇਟੇ? ਅਚਾਨਕ ਆਪਣੇ ਰੂਮ ਦੇ ਦਰਵਾਜ਼ੇ 'ਤੇ ਖੜ੍ਹੇ ਅਮਰ ਦੇ ਪਿਤਾ ਚੇਤਨ ਆਨੰਦ ਨੇ ਕਿਹਾ। ਨਹੀਂ ਪਿਤਾ ਜੀ, ਕੋਈ ਪਰੇਸ਼ਾਨੀ ਨਹੀਂ। ਅਮਰ ਬਨਾਵਟੀ ਮੁਸਕਾਨ ਨੂੰ ਆਪਣੇ ਚਿਹਰੇ 'ਤੇ ਲਿਆਉਣ ਦਾ ਯਤਨ ਕਰਦਾ ਬੋਲਿਆ। ਫਿਰ ਕੀ ਲੱਭ ਰਹੇ ਹੋ? ਨਹੀਂ ਕੁਛ ਨਹੀਂ ਪਿਤਾ ਜੀ, ਰਾਤ ਬਹੁਤ ਹੋ ਗਈ ਹੈ, ਤੁਸੀਂ ਆਰਾਮ ਕਰੋ, ਕਹਿ ਕੇ ਚੇਤਨ ਆਨੰਦ ਅੰਦਰ ਹੀ ਅੰਦਰ ਮੁਸਕਰਾਉਂਦਾ ਆਪਣੇ ਕਮਰੇ ਵੱਲ ਹੋ ਤੁਰਿਆ। ਅਮਰ ਅਤੇ ਸੁਮਨ ਨੇ ਸੁੱਖ ਦਾ ਸਾਹ ਲਿਆ। ਕੁਛ ਦੇਰ ਸੋਚ ਸੁਮਨ ਅਤੇ ਅਮਰ ਕੰਪਿਊਟਰ 'ਤੇ ਫਿਰ ਕੋਈ ਨਵੇਂ ਚਿਹਰੇ ਦੀ ਫੋਟੋ ਬਣਾਉਣ 'ਚ ਰੁੱਝ ਗਏ। ਕਾਫੀ ਮਿਹਨਤ ਤੋਂ ਬਾਅਦ ਜੋ ਕੁਝ ਉਹਨਾਂ ਦੇ ਸਾਹਮਣੇ ਆਇਆ ਉਹਨੂੰ ਵੇਖ ਕੇ ਉਹਨਾਂ ਨੂੰ ਧਰਤੀ ਘੁੰਮਦੀ ਪ੍ਰਤੀਤ ਹੋ ਰਹੀ ਸੀ। ਉਹ ਇੰਝ ਕੰਪਿਊਟਰ ਦੀ ਸਕਰੀਨ ਵੇਖ ਰਹੇ ਸਨ ਜਿਵੇਂ ਕਿਸੇ ਨੇ ਕੋਈ ਜਾਦੂ ਕਰ ਦਿੱਤਾ ਹੋਵੇ। ਧੰਨਵਾਦ।